ਪੰਜਾਬ ਮਿਲ ਟੀਵੀ ਯੂਐਸਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੇਜਪਾਲ ਸਿੰਘ ਮਨਹਾਸ ਤੇ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਜੰਕਸ਼ਨ ਸਰਦਾਰ ਨਰਿੰਦਰ ਸਿੰਘ ਸੱਤੀਹੂੜੀ ਪਹੁੰਚ ਚੁੱਕੇ ਆ ਉਹਨਾਂ ਨੂੰ ਜੀ ਆਇਆਂ ਕਹੀਏ ਤੇ ਪ੍ਰੋਗਰਾਮ ਸ਼ੁਰੂ ਕਰੀਏ ਸੱਤੀ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੱਤੀ ਸਾਹਿਬ ਦੁਸ਼ਯੰਤ ਕੁਮਾਰ ਜੀ ਹਿੰਦੀ ਦੇ ਬੜੇ ਵੱਡੇ ਪੋਇਟ ਹੋਏ ਨੇ ਵੱਡੇ ਸ਼ਾਇਰ ਜੀ ਔਰ ਰੈਵੋਲਿਊਸ਼ਨਰੀ ਲਿਖਿਆ ਉਹ ਨਹੀਂ ਸਿਸਟਮ ਦੀਆਂ ਗਲਤੀਆਂ ਬਾਰੇ ਬੜਾ ਕੁਛ ਲਿਖਿਆ ਉਹਨਾਂ ਨੇ ਹਿੰਦੀ 'ਚ ਵੱਡਾ ਨਾਂ ਹਿੰਦੀ ਸ਼ਾਇਰੀ 'ਚ ਉਹਨਾਂ ਦਾ ਸ਼ੇਅਰ ਸੁਣਾ ਰਿਹਾ ਤੁਹਾਨੂੰ ਜੀ ਉਹ ਲਿਖਦੇ ਨੇ ਕਹਿੰਦੇ ਮਤ ਕਹੋ ਆਕਾਸ਼ ਮੇਂ ਕੋਹਰਾ ਘਨਾ ਹੈ ਇਹ ਕਿਸੇ ਕੀ ਵਿਅਕਤੀਗਤ ਆਲੋਚਨਾ ਹੈ ਇਸ ਸੜਕ ਪਰ ਇਸ ਕਦਰ ਕੀਚੜ ਵਿਚੀ ਹੈ ਹਰ ਕਿਸੇ ਕਾ ਪਾਉਂ ਘुटनों ਤੱਕ ਸਨਾਂ ਹੈ ਜੀ ਸੋ ਸਿਆਸਤ ਬਾਰੇ ਉਹਨੀ ਗੱਲ ਕੀਤੀ ਸੀ ਕਿ ਕਾਫੀ ਜ਼ਰ ਪਹਿਲਾਂ ਉਹ ਨਹੀਂ ਲਿਖਿਆ ਸੀ ਜੀ ਸਿਆਸਤ ਅੱਜ ਵੀ ਆ ਉਦੋਂ ਘੁਟਨਿਆਂ ਤੱਕ ਗੋਡਿਆਂ ਤੱਕ ਕਹਿੰਦੇ ਫਸਿਓ ਸੀ ਹੁਣ ਤੇ ਮੈਨੂੰ ਲੱਗਦਾ ਗਾਲਿਆਂ ਤੇ ਗਲ ਦੂੰਗਾ ਨਾਸਾਂ ਵੀ ਇਹਨਾਂ ਦੀਆਂ ਵਿੱਚ ਉਸ ਉਸ ਗੰਧ ਦੇ ਵਿੱਚ ਪੈ ਚੁੱਕੀਆਂ ਆ ਜੋ ਪੰਜਾਬ ਦੇ ਹਾਲਾਤ ਆ ਜਾਂ ਜੋ ਇਸ ਦੇਸ਼ ਦੇ ਹਾਲਾਤ ਆ ਹੁਣ ਤੇ ਜਿਹਨੂੰ ਆਪਾਂ ਕਹੀਏ ਭਈ اخلاق ਨਾਂ ਦੀ ਚੀਜ਼ ਮੇਰੇ ਹਿਸਾਬ ਨਾਲ ਤੇ ਰਹੀ ਨਹੀਂ ਇਸ ਸਿਆਸਤ ਦੇ ਵਿੱਚ ਪੰਜਾਬ ਦੇ ਵਿੱਚ ਆਈਏ ਕਿ ਪਿਛਲੇ ਦਿਨਾਂ ਚ ਜੋ ਘਟਨਾਕ੍ਰਮ ਹੋਏ ਐ ਤੇ ਜੋ ਇਹਨਾਂ ਦੀਆਂ ਆਪਸ ਦੇ ਵਿੱਚ ਖੇਬਾਜ਼ੀਆਂ ਚੱਲ ਰਹੀਆਂ ਜੋ ਇੱਕ ਦੂਜੇ ਤੇ ਬਲੇਮ ਗੇਮ ਚੱਲ ਰਹੀ ਆ ਉਹਨੂੰ ਦੇਖੀਏ ਤਾਂ ਇਹ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਇੱਕ ਬਹੁਤ ਵਧੀਆ ਤਰੀਕਾ ਐ ਇਹਨਾਂ ਕੋ ਪੇ ਜਦੋਂ ਅਸੀਂ ਕੋਈ ਜਵਾਬ ਦੇਣ ਦੇ ਲਾਇਕ ਨਾ ਹੋਈਏ ਤੇ ਆਪਾਂ ਦੋ ਜਣੇ ਇੱਕ ਦੂਜੇ ਦੇ ਵਿਰੋਧੀ ਕਰਕੇ ਮੈਂ ਮੈਂ ਤੂੰ ਤੂੰ ਕਰਕੇ ਤੇ ਗੱਲ ਆਈ ਗਈ ਕਰ ਲਈਏ ਕਿਵੇਂ ਦੇਖਦੇ ਹੋ ਇਸ ਚੀਜ਼ ਐ ਤੁਹਾਡੀ ਗੱਲਬਾਤ ਨੂੰ ਅੱਗੇ ਵਧਾਉਂਦਿਆਂ ਜਾਂ ਇਸੇ ਸੰਦਰਭ 'ਚ ਮੈਂ ਦੋ ਧਾਰਨਾ ਅੱਜ ਦੀਆਂ ਦੇਣੀਆਂ ਚਾਹਾਂਗਾ ਜੀ ਪਹਿਲੀ ਗੱਲ ਤਾਂ ਦੇਖੋ ਜਿਹੜਾ ਪੰਜਾਬ ਹੈ ਇਹ ਭਾਵੇਂ ਕੱਲਾ ਸਿੱਖਾਂ ਦਾ ਨਹੀਂ ਬਿਲਕੁਲ ਪਰ ਇੱਕ ਤਰ੍ਹਾਂ ਨਾਲ ਸਿੱਖ ਬਹੁ ਗਿਣਤੀ ਵਾਲਾ ਸੂਬਾ ਆ ਜੀ ਤੇ ਪੰਜਾਬ ਵਸਤਾ ਗੁਰਾਂ ਤੇ ਨਾਂ ਤੇ ਪ੍ਰੋਫੈਸਰ ਪੂਰਨ ਸਿੰਘ ਹੁਣੇ ਕਿਹਾ ਸੀ ਪ੍ਰੋਫੈਸਰ ਪੂਰਨ ਸਿੰਘ ਹੁਣੇ ਕਿਹਾ ਜੀ ਤੇ ਸਾਡਾ ਇਸ਼ਟ ਸਾਡੀ ਰਹਿਨਮਾਈ ਗੁਰੂ ਗ੍ਰੰਥ ਸਾਹਿਬ ਕਰਦੇ ਆ ਬਿਲਕੁਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਤੇ ਇੰਨੇ ਬਰੇ ਲੰਘ ਜਾਣ ਦੇ ਬਾਵਜੂਦ ਕੋਈ ਦੋਸ਼ੀ ਨਹੀਂ ਲੱਭਦਾ ਪੰਜਾਬ ਸਰਕਾਰ ਨੂੰ ਚਾਹੇ ਉਹ ਅਕਾਲੀ ਭਾਜਪਾ ਹੋਵੇ ਤੇ ਚਾਹੇ ਕਾਂਗਰਸ ਹੋਵੇ ਹੁਣ ਕੀ ਹੁੰਦਾ ਪਈ ਅੱਜ ਇੱਕ ਤਾਂ ਜਿਹੜੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਆ ਜੀ ਆਇਰਨਜੀਤ ਸਿੰਘ ਹੋਰੀ ਬਿਲਕੁਲ ਉਹਨਾਂ ਨੇ ਵਿਧਾਇਕ ਪਰਮਲ ਸਿੰਘ ਹੋਰੀ ਲੁਧਿਆਣੀ ਤੋਂ ਬਲਵਿੰਦਰ ਸਿੰਘ ਬੈਂਸ ਹੋਰੀ ਜੀ ਸੁਖਪਾਲ ਖਹਿਰਾ ਹੋਰੀ ਲਾਈਟਾਂ ਵਾਲਾ ਚੌਂਕ ਕੋਟਕਪੂਰੇ ਦੇ ਵਿੱਚ ਹਾਈ ਕੋਰਟ ਦੇ ਫੈਸਲੇ ਦੀਆਂ ਕਾਪੀਆਂ ਸਾੜੀਆਂ ਜਿੱਚ ਸੈਟ ਨੂੰ ਰੱਦ ਕੀਤਾ ਗਿਆ ਤੇ ਰਿਪੋਰਟ ਵਗੈਰਾ ਉਹਨਾਂ ਦੀ ਮੰਨੀ ਨਹੀਂ ਹਾਂ ਉਹਨਾਂ ਨੇ ਇਹ ਕਿਹਾ ਪਈ ਇਹ ਜਿਹੜੇ ਬਾਦਲ ਤੇ ਜਿਹੜੇ ਕਾਂਗਰਸ ਵਾਲੇ ਆ ਇਹ ਰਲ ਕੇ ਖੇਡ ਖੇਡ ਰਹੇ ਨੇ ਔਰ ਸਿੱਧਾ-ਸਿੱਧਾ ਦੋਸ਼ ਲਾਇਆ ਵੀ ਬਾਦਲਾਂ ਨੇ ਤੇ ਪੁਲਿਸ ਅਫਸਰਾਂ ਨੇ ਜਿਨ੍ਹਾਂ ਚ ਉਹਨਾਂ ਦਾ ਸਿੱਧਾ ਜਿਹਾ ਇਸ਼ਾਰਾ ਸੁਮੇਸ਼ ਸਿੰਘ ਸੈਣੀ ਵਾਲਾ ਹੈ ਤੇ ਇਹਨਾਂ ਨੇ ਜੱਜਾਂ ਨੂੰ ਖਰੀਦ ਲਿਆ ਹੈਗਾ ਜੀ ਹਾਈ ਕੋਰਟ ਦੇ ਜੱਜ ਖਰੀਦ ਲਿਆ ਭਈ ਇੱਥੇ ਤਾਂ ਸ਼ਾਇਦ ਇਹ ਬਚ ਗਏ ਆ ਪਰ ਜਿਹੜੀ ਰੱਬ ਦੀ ਕਚਹਿਰੀ ਆ ਨਾ ਆਕਾਲਪੁਰਖ ਦੀ ਕਚਹਿਰੀ ਵਿੱਚ ਇਹਨਾਂ ਨੂੰ ਸ਼ਾਇਦ ਮਾਫੀ ਨਾ ਮਿਲੇ ਦੂਸਰੀ ਗੱਲ ਇਹ ਹੋ ਗਈ ਰਲ ਕੇ ਖੇਡ ਖੇਡਣ ਵਾਲੀ ਪੰਜਾਬ ਦੇ ਹਿੱਤ ਇਕ ਬੰਨੇ ਪੰਜਾਬ ਦੇ ਲੋਕਾਂ ਦੀਆਂ ਆਸਾਂ ਮੰਗਾ ਉਹ ਇਕ ਬੰਨੇ ਅੱਜ ਹੀ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਅ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਅਕਾਲ ਤਖਤ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਤੋਂ ਬਾਹਰ ਪਲਾਜ਼ਾ ਚ ਜਿਹੜੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਦੇ ਵੱਲੋਂ ਸਨਮਾਨਿਤ ਕੀਤਾ ਗਿਆ ਪੈਦਾ ਦਾਦੂਆਲ ਭਾਈ ਬਲਜੀਤ ਸਿੰਘ ਦਾਦੂਆਲ ਉਹਦੇ ਪ੍ਰਧਾਨ ਨੇ ਤੇ ਕੁਮਰ ਵਿਜੇ ਪ੍ਰਤਾਪ ਨੂੰ ਜਿਹੜਾ ਹੁਣ ਤੱਕ ਦਾ ਨਿਭਾਇਆ ਹੋਇਆ ਰੋਲ ਹੈ ਉਹਦੇ ਲਈ ਕਿਉਂਕਿ ਉਹਨਾਂ ਨੇ ਆਪਣਾ ਆਈਜੀ ਰੈਂਕ ਤੇ ਸੀਗੇ ਆਈਪੀਐਸ ਦਾ ਅਹੁਦਾ ਛੱਡ ਦਿੱਤਾ ਉਹ ਕਹਿੰਦੇ ਆ ਇਹ ਬੇਇਨਸਾਫੀ ਹੋਈ ਆ ਤੇ ਇੱਕ ਤਾਂ ਇਹ ਹੋ ਗਈ ਗੱਲ ਦੂਸਰਾ ਜਿਹੜਾ ਕੁਮਰਬੀਜੇ ਪ੍ਰਤਾਪਪੁਰੀ ਅੱਜ ਕਿਹਾ ਹੈਗਾ ਉਹ ਕਹਿੰਦੇ ਪਈ ਪੰਜਾਬ ਦੇ ਲੋਕਾਂ ਨੂੰ ਸਿੱਖਾਂ ਨੂੰ ਕੋਈ ਇਨਸਾਫ ਮਿਲਣ ਵਾਲੀ ਗੱਲ ਗੁੱਲ ਹੈ ਨਹੀਂਗੀ ਕਿਉਂ ਹੈ ਨਹੀਂਗੀ ਕਹਿੰਦੇ ਅੰਗਰੇਜ਼ਾਂ ਦੇ ਬੀਲੇ ਦਾ ਇੱਕ ਕਾਨੂੰਨ ਹੈ ਔਰ ਇਹਦੇ ਚੋਂ ਇਨਸਾਫ ਦੀ ਤੁਸੀਂ ਝਾਕ ਛੱਡ ਦਿਓ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਪਈ ਇੱਕ ਸੈੱਟ ਬਣਾ ਲਓ ਦੂਸਰੀ ਸੈੱਟ ਬਣਾ ਲਓ ਇੱਕ ਗੱਜ ਤੋਂ ਕਰਾ ਲਓ ਦੂਸਰੇ ਤੋਂ ਕਰਾ ਲਓ ਉਹੀ ਜੋ 84 ਦਾ ਹੋਇਆ ਹਾਂਜੀ 84 ਦਾ ਵੀ ਇਹੀ ਕੁਝ ਹੋਇਆ ਤੇ ਕੁਮਰਬਿਜ ਪ੍ਰਤਾਪ ਨੇ ਅੱਜ ਖੁੱਲ੍ਹਮੁਖ ਲਾ ਕੇ ਆ ਕਿਹਾ ਵੀ ਮਾਮਲੇ ਨੂੰ ਇਹ ਸਰਕਾਰਾਂ ਲਟਕਾ ਰਹੀਆਂ ਤੇ ਦੋਸ਼ੀਆਂ ਨੂੰ ਵਿਚਾਰ ਰਹੀਆਂ ਹੈਗੀਆਂ ਦੂਸਰਾ ਉਹਨਾਂ ਨੇ ਕਿਹਾ ਪਈ ਜਿਹੜੇ ਆਪਾਂ ਕੱਲ ਪਰਸੋਂ ਖਬਰਾਂ 'ਚ ਹੀ ਆਇਆ ਸੀ ਵੀ ਚਾਰ ਚਲਾਨ ਸਗੇ ਚਾਰੇ ਰੱਦ ਹੋ ਗਏ ਤੇ ਹਰਮਨ ਸਿੰਘ ਲੇਖੀ ਐਡੀਸ਼ਨਲ ਸੈਸ਼ਨ ਜਜ ਫਰੀਦਕੋਟ ਦੀ ਅਦਾਲਤ ਨੇ ਦੋਸ਼ੀਆਂ ਨੂੰ ਹੁਣ ਸਮਝ ਲਓ ਵੀ ਆਜ਼ਾਦ ਪੰਛੀ ਕਰ ਦਿੱਤਾ ਠੀਕ ਹੈ ਪਰ ਉਹ ਕਹਿੰਦੇ ਕੁੱਲ ਮਿਲਾ ਕੇ ਜਿਹੜੇ ਆ 9 ਚਲਾਨ ਪੇਸ਼ ਕੀਤੇ ਗਏ ਸੀ ਜਿਨ੍ਹਾਂ 'ਚੋਂ ਪੰਜ ਅਜੇ ਵੀ ਜਾਰੀ ਹੈਗੇ ਆ ਠੀਕ ਹੈ ਸੋ ਅਗਲੀ ਗੱਲ ਜਿਹੜੀ ਦੇਖੋ ਰਲ ਮਿਲ ਕੇ ਖੇਡਣ ਵਾਲੀ ਗੇਮ ਹੈ ਨਾਲ ਦੀ ਨਾਲ ਭਗਵੰਤ ਮਾਨ ਹੁਰੀ ਕਿਹਾ ਭਈ ਇਹ ਜਿਹੜਾ ਬਾਦਲ ਤੇ ਜਿਹੜੀ ਰਾਜੇ ਦੀ ਸਰਕਾਰ ਆ ਇਹ ਰਲੇ ਹੋਏ ਆ ਤੇ ਇਹ ਸਾਰਾ ਆਪਸੀ ਸਮਝੌਤਾ ਦੁਬਈ ਦੇ ਵਿੱਚ ਜਾ ਕੇ ਜੁਏਈ ਦੇ ਵਿੱਚ ਹੁੰਦਾ ਸੋ ਇਹਦੇ ਤੋਂ ਇਹਨਾਂ ਸਾਰੇ ਇਸ ਘਟਨਾ ਕ੍ਰਮ ਤੋਂ ਅੱਜ ਵਾਲੀ ਘਟਨਾ ਕ੍ਰਮ ਨੂੰ ਜੇ ਆਪਾਂ ਅੱਗੇ ਰੱਖ ਲਈਏ ਤਾਂ ਆਪਾਂ ਦੇਖ ਸਕਦੇ ਹਾਂ ਵੀ ਸੂਬੇ ਦੇ ਲੋਕਾਂ ਨੂੰ ਕਿਦਾਂ ਬੇਪੂਖ ਬਣਾਇਆ ਜਾ ਰਿਹਾ ਕਿਦਾਂ ਲੋਕ ਕਰੋਨਾ ਦੇ ਨਾਲ ਮਰ ਰਹੇ ਆ ਸੂਬੇ ਦੀ ਜਿਹੜੀ ਆਰਥਿਕ ਸਥਿਤੀ ਜਿਹੜੀ ਉਹ ਕਿੱਥੇ ਖੜੀ ਹੈਗੀ ਆ ਬੇਰਜ਼ਗਾਰੀ ਕਿੱਥੇ ਖੜੀ ਆ ਵਿਦਿਅਕ ਸੈਕਟਰ ਜਿਹੜੀ ਸੈਕਟਰ ਆ ਉਹਦਾ ਕੀ ਹਾਲ ਆ ਮੈਡੀਕਲ ਸੈਕਟਰ ਦਾ ਕੀ ਹਾਲ ਆ ਜੀ ਸੋ ਇਹ ਸਾਰੀਆਂ ਗੱਲਾਂ ਸਾਡੀ ਤਵੱਜੋ ਦੀ ਆਮ ਲੋਕਾਂ ਦੀ ਤਵੱਜੋ ਦੀ ਵੀ ਮੰਗ ਕਰਦੀਆਂ ਔਰ ਜਿਹੜੇ ਸਾਡੇ ਰਹਿਨਮਾ ਨੇ ਜਿਹੜੇ ਸਾਡੇ ਥਿੰਕ ਟੈਂਕ ਆ ਸੂਬੇ ਦੇ ਜਿਹੜੇ ਦਾਨਿਸ਼ਵਰ ਆ ਇਹਨਾਂ ਸਾਰਿਆਂ ਦੀ ਤਵੱਜੋ ਦੀ ਮੰਗ ਇਹ ਗੱਲ ਕਰਦੀਆਂ ਨੇ ਜੀ ਕੋਟਕਪੂਰੇ ਦੀ ਆਪਾਂ ਗੱਲ ਕਰਦੇ ਆ ਜਿਸ ਜਿਹੜਾ ਸਾਰਾ ਇਹ ਕੇਸ ਹੈ ਕਿਉਂਕਿ ਤਿੰਨ ਅਲੱਗ-ਅਲੱਗ ਕੇਸ ਨੇ ਨਾ ਇਹ ਬਰਗਾੜੀ ਵਾਲਾ ਅਲੱਗ ਹੈ ਇਹੋ ਅਲੱਗ ਬਾਈਬਲ ਕਲਾਮ ਜੀ ਅਲੱਗ ਕੇਸ ਹੈ ਕੋਰਟ ਕਪੂਰੇ ਸ਼ਾਂਤਮਈ ਬੈਠੇ ਲੋਕਾਂ ਤੇ ਗੋਲੀ ਚੱਲਦੀ ਹੈ ਬਿਲਕੁਲ ਠੀਕ ਹੈ ਜੀ ਸਾਰੀ ਦੁਨੀਆ ਦੇ ਬਿਆਨ ਹੋ ਗਏ ਸਭ ਕੁਝ ਹੋ ਗਿਆ ਹੁਣ ਜੋ ਇਹੋ ਜੋ ਹੋਇਆ ਉਸ ਤੋਂ ਬਾਅਦ ਕੈਪਟਨ ਸਾਹਿਬ ਨੂੰ ਵੀ ਇਹ ਗੱਲ ਪਤਾ ਆ ਜੀ ਠੀਕ ਆ ਅਣਪਛਾਤੇ ਪੁਲਿਸ ਵਾਲੇ ਕਿਹੜੇ ਹੁੰਦੇ ਆ ਪਹਿਲਾਂ ਤਾਂ ਸਾਡੇ ਸਾਡੇ ਦੇਸ਼ ਨੂੰ ਇਹ ਦੱਸਣਾ ਚਾਹੀਦਾ ਕਿਉਂਕਿ ਕੱਲ ਨੂੰ ਕੋਈ ਵੀ ਅਣਪਛਾਤਾ ਪੁਲਿਸ ਵਾਲਾ ਕੋਰਿਆ ਫਿਰਦਾ ਕਿਸੇ ਨੂੰ ਵੀ ਗੋਲੀ ਮਾਰ ਦੇਵੇ ਜੀ ਇਹਦਾ ਮਤਲਬ ਇ ਠੀਕ ਆ ਹੁਣ ਉਹਨਾਂ ਨੇ ਉਦੋਂ ਕਿਹਾ ਜਨਰਲ ਜੇ ਜੇ ਸਿੰਘ ਤੇ ਟਿੱਪਣੀ ਕੀਤੀ ਕੈਪਟਨ ਸਾਹਿਬ ਨੇ ਵੀ ਭਾਈ ਤੁਹਾਡੀ ਤੇ ਜ਼ਮਾਨਤ ਜ਼ਬਤ ਹੋ ਗਈ ਸੀ ਜਦੋਂ ਤੁਸੀਂ ਮੇਰੇ ਖਿਲਾਫ ਲੜੇ ਸੀ ਤਾਂ ਜਨਰਲ ਜੇ ਜੇ ਸਿੰਘ ਨੇ ਕਿਹਾ ਵੀ ਪਹਿਲੀ ਗੱਲ ਤਾਂ ਉਹ ਫਿਕਸਡ ਸੀ ਤੁਸੀਂ ਬਾਦਲ ਸਾਹਿਬ ਨੂੰ ਜਿਤਾਉਣ ਲਈ ਲੰਬੀ ਪਹੁੰਚੇ ਸੀਗੇ ਠੀਕ ਆ ਫਿਕਸਡ ਮੈਚ ਖੇਡਿਆ ਫਿਕਸਡ ਮੈਚ ਖੇਡਿਆ ਕਹਿੰਦੇ ਮੈਂ ਤਾਂ ਛੋਟੀ ਜੀ ਚੋਣ ਹੀ ਹਾਰਿਆ ਤੁਸੀਂ ਤੇ ਜ਼ਮੀਰ ਆਪਣੀ ਹਾਂ ਬਿਲਕੁਲ ਇਹ ਪਿਛਲੇ ਦਿਨੀ ਬਿਆਨ ਆਇਆ ਹੈਗਾ ਉਹਨਾਂ ਨੇ ਅਸਲ 'ਚ ਬਿਆਨ ਸਿੱਧੂ ਬਾਰੇ ਦਿੱਤਾ ਸੀ ਵੀ ਜੇ ਸਿੱਧੂ ਚੋਣ ਲੜਨ ਦਾ ਇੱਛਕਾ ਪਟਿਆਲੇ ਆਣ ਕੇ ਲੜ ਲਵੇ ਵੀ ਉਹੀ ਹਾਲ ਹੋਣਾ ਜੋ ਜੇਜੇ ਸਿੰਘ ਦਾ ਜੇਜੇ ਸਿੰਘ ਦਾ ਅਗਲੇ ਦਿਨੀ ਇਹ ਟਵੀਟ ਆਇਆ ਸਾਰੀ ਦੁਨੀਆ ਨੇ ਪੜਿਆ ਬਿਲਕੁਲ ਔਰ ਕੈਪਟਨ ਸਾਹਿਬ ਨੂੰ ਟਰੋਲ ਵੀ ਕੀਤਾ ਗਿਆ ਇਸ ਟਵੀਟ ਤੇ ਜੀ ਜੀ ਅੱਛਾ ਹੁਣ ਆइए ਆਪਾਂ ਕਾਂਗਰਸ ਦੇ ਅੰਦਰੂਨੀ ਜਿਹੜੇ ਹਾਲਾਤ ਕਿਛੂ ਤਾਣਾ ਹਾਂਜੀ ਸੁਖਜਿੰਦਰ ਰੰਧਾਵਾ ਠੀਕ ਆ ਉਹ ਵੀ ਮੀਟਿੰਗ ਚ ਨਹੀਂ ਗਿਆ ਕਿਉਂਕਿ ਹੁਣ ਮੀਟਿੰਗਾਂ ਕਰ ਰਹੇ ਆ ਕੈਪਟਨ ਸਾਹਿਬ ਸਾਰੇ ਐਮਐਲਏਸ ਨਾਲ ਕਹਿੰਦੇ ਆ ਵੀ ਨਿੱਜੀ ਕਾਰਨਾ ਕਰਕੇ ਨਹੀਂ ਗਿਆ ਪਰ ਉਹ ਨਰਾਜ਼ਗੀ ਕਰਕੇ ਨਹੀਂ ਗਿਆ ਚਰਨਜੀਤ ਚੰਨੀ ਹੁਣੀ ਵੀ ਨਹੀਂ ਪਹੁੰਚੇ ਨਹੀਂ ਗਿਆ ਠੀਕ ਆ ਔਰ ਚਰਨਜੀਤ ਚੰਨੀ ਨੇ ਇਹ ਜਿਹੜੀ ਮੀਟਿੰਗ ਚ ਤਾਂ ਗਏ ਨਹੀਂ ਇਸ ਤੋਂ ਪਹਿਲਾਂ ਜਿਹੜੀ ਇੱਕ ਮੀਟਿੰਗ ਹੋਈ ਸੀ ਕੈਬਨਟ ਦੀ ਉਹਦੇ ਵਿੱਚ ਕਹਿ ਵੀ ਆਏ ਸੀ ਕਹਿੰਦੇ ਕੈਪਟਨ ਸਾਹਿਬ ਤੁਸੀਂ ਆਪਣੇ ਚਾਹੇਤੇ ਰੱਖ ਲਓ ਠੀਕ ਆ ਸਾਨੂੰ ਤੁਸੀਂ ਬਾਹਰ ਕੱਢ ਦਿਓ ਜੇ ਤੁਹਾਡੇ ਕੋਲੋਂ ਇਹ ਕੇਸ ਨਹੀਂ ਹੈਂਡਲ ਹੁੰਦੇ ਤਾਂ ਤੇ ਇਹ ਜਦੋਂ ਹੁਣ ਇਹ ਲੋਕੀ ਵੀ ਹਟ ਰਹੇ ਆ ਐਮਐਲਏ ਵੀ ਹਟ ਰਹੇ ਆ ਪਿੱਛੇ ਕਾਫੀ ਐਮਐਲਏ ਜਿਹੜੇ ਬਾਗੀ ਹੋ ਰਹੇ ਆ ਤੇ ਇੱਦਾਂ ਪ੍ਰਗਟ ਸਿੰਘ ਨੇ ਵੀ ਬਾਹਰ ਆ ਕੇ ਬਿਆਨ ਦਿੱਤੇ ਕਹਿੰਦਾ ਕਿਸੇ ਦੀ ਤਾਂ ਜ਼ਿੰਮੇਵਾਰੀ ਤੈਅ ਕਰੋ ਇਹਨੂੰ ਕਿੱਦਾਂ ਪ੍ਰਗਟ ਸਿੰਘ ਹੋਰੀ ਇਕੱਲਾ ਇਹ ਹੀ ਨਹੀਂ ਕਿਹਾ ਜ਼ਿੰਮੇਵਾਰੀ ਤੈਅ ਕਰੋ ਪ੍ਰਗਟ ਸਿੰਘ ਹੁਣੀ ਇਹ ਵੀ ਕਿਹਾ ਵੀ ਆਪਣੀ ਹਰਮਨ ਪਿਆਰਤਾ ਦਾ ਵੀ ਸਰਵੇ ਕਰਵਾਉਣ ਕੈਪਟਨ ਸਾਹਿਬ ਜੀ ਠੀਕ ਹੈ ਦੇਖੋ ਚਾਹੇ ਉਹ ਪ੍ਰਗਟ ਸਿੰਘ ਹੋਰੀਆਂ ਸੰਗਤ ਸਿੰਘ ਗਿਲਜੀਆਂ ਵਰਗਿਆਂ ਨੇ ਸੁਖਵਿੰਦਰ ਸਿੰਘ ਰੰਧਾਵਾ ਹੋਰਾ ਨੇ ਉਤੋਂ ਪਹਿਲਾਂ ਜਾਖੜ ਹੋਰੀ ਖਰੀਆਂ ਖਰੀਆਂ ਸੁਣਾ ਚੁੱਕੇ ਆ ਵੱਖ-ਵੱਖ ਜਾਨੀ ਕਿ ਪੜਾਵਾਂ ਦੇ ਵਿੱਚ ਹੁਣ ਮੀਟਿੰਗਾਂ ਕਰ ਰਹੇ ਆ ਕੈਪਟਨ ਸਾਹਿਬ ਪਰ ਕੈਪਟਨ ਸਾਹਿਬ ਤਾਂ ਇਹ ਕਹਿ ਰਹੇ ਆ ਵੀ ਅਸੀਂ ਜੀ ਕਾਨੂੰਨੀ ਜਿਹੜੇ ਪਹਿਲੂ ਆ ਉਹ ਵਿਧਾਇਕਾਂ ਦੇ ਨਾਲ ਸਾਂਝੇ ਕਰ ਰਹੇ ਆ ਬਹੁਤੇ ਵਿਧਾਇਕਾਂ ਨੇ ਕਿਹਾ ਵੀ ਸਾਨੂੰ ਇਹ ਕਾਨੂੰਨ ਕਾਨੂੰਨ ਸਮਝਣ ਦੀ ਲੋੜ ਨਹੀਂ ਲੋਕਾਂ 'ਚ ਦੱਸੋ ਜਾ ਕੇ ਕੀ ਕਹੀਏ ਔਰ ਕੈਪਟਨ ਸਾਹਿਬ ਇਸ ਗੱਲ ਤੇ ਜ਼ੋਰ ਦੇ ਰਹੇ ਵੀ ਤੁਸੀਂ ਦੱਸੋ ਪੇ ਅਸੀਂ ਜੀ ਚਲਾਨ ਪੇਸ਼ ਕਰਵਾਏ ਅਸੀਂ ਗ੍ਰਿਫਤਾਰੀਆਂ ਕੀਤੀਆਂ ਅਸੀਂ ਟਮਕਾ ਕੀਤਾ ਪਰ ਜਿਹੜੇ ਵਿਧਾਇਕ ਉਹ ਪੁੱਛਦੇ ਆ ਇਹਦਾ ਸਿੱਟਾ ਕੀ ਨਿਕਲਿਆ ਸਿੱਟਾ ਇਹ ਨਿਕਲਿਆ ਵੀ ਤੁਹਾਡੀ ਜਾਂਚ ਰਿਪੋਰਟ ਵੀ ਰੱਦ ਹੋ ਗਈ ਹਾਈ ਕੋਰਟ ਦੀਆਂ ਟਿੱਪਣੀਆਂ ਵੀ ਤੁਹਾਡੇ ਉਲਟ ਗਈਆਂ ਅਤਲ ਨੰਦਾ ਹੁਣੀ ਵੀ ਤੁਹਾਡੀ ਸੀਪ ਲੱਗਿਆ ਜਿਹਨੂੰ ਆਪਾਂ ਕਹਿੰਦੇ ਹਾਂ ਬਿਲਕੁਲ ਬਿਲਕੁਲ ਲੱਗਿਆ ਸੋ ਤੁਸੀਂ ਮਹਿੰਗੇ ਭਾ ਦੇ ਵਕੀਲ ਕਰਦੇ ਰਹੇ ਆ ਕਰੋੜਾਂ ਦੇ ਤੇ ਜਿਹੜੀ ਪੰਜਾਬ ਦਾ ਅਮਲਾ ਫੈਲਾ ਐਡੀ ਫੌਜ ਆ ਐਡਵੋਕੇਟ ਜਨਰਲ ਏਜੀ ਆਫਿਸ ਦੀ ਉਹ ਉਹ ਕੀ ਕਰਦੀ ਰਹੀ ਹੈ ਇਹ ਨ ਮਰਿਆਂ ਦੇ ਦੌਰਾਨ ਸੋ ਅੱਜ ਭਾਵੇਂ ਕੈਪਟਨ ਸਾਹਿਬ ਵਿਧਾਇਕਾਂ ਨੂੰ ਕਿਤੇ ਮਰਾਉਣ ਦਾ ਯਤਨ ਕਰ ਰਹੇ ਆ ਕਿਤੇ ਉਹਨਾਂ ਨੂੰ ਸਫਾਈਆਂ ਪੇਸ਼ ਕਰ ਰਹੇ ਆ ਪਰ ਕੁੱਲ ਮਿਲਾ ਕੇ ਜਿਹੜੀ ਸਥਿਤੀ ਆ ਪੰਜਾਬ ਦੀ ਅੰਦਰੂਨੀ ਕਾਂਗਰਸ ਦੀ ਅੰਦਰੂਨੀ ਸਥਿਤੀ ਦੇਖੋ ਪਾਰਟੀਆਂ ਦੇ ਵਿੱਚ ਅੰਦਰੂਨੀ ਖਿੱਚੋਤਾਣ ਚੱਲਦੀ ਰਹਿੰਦੀ ਰਹਿੰਦੀ ਹੈ ਬਿਲਕੁਲ ਵਿਚਾਰਧਾਰਕ ਮਤਭੇਦ ਵੀ ਹੋ ਜਾਂਦੇ ਆ ਠੀਕ ਆ ਲੈਗ ਪੁਲਿੰਗ ਵੀ ਇੱਕ ਦੂਸਰੇ ਦੀਆਂ ਲੱਤਾਂ ਵੀ ਖਿੱਚੀਆਂ ਜਾਂਦੀਆਂ ਪਰ ਜਿਵੇਂ ਹੁਣ ਬਹੁਦੇ ਵਿਧਾਇਕਾਂ ਦੀ ਸੋਰ ਕੈਪਟਨ ਸਾਹਿਬ ਦੇ ਖਿਲਾਫ ਹੈਗੀ ਆ ਔਰ ਦੇਖੋ ਲੋਕਾਂ ਚ ਵੀ ਜਾਣਾ ਹੁੰਦਾ ਵੋਟਾਂ ਵੀ ਮੰਗਣੀਆਂ ਹੁੰਦੀਆਂ ਬਹੁਤਾ ਚਰਨੀ ਹੋਇਆ ਡਫਰ ਪਿੰਡ ਆ ਇੱਕ ਜਲਾ ਹੁਸ਼ਿਆਰਪੁਰ ਦੀ ਤਸੀਲ ਦਸੂਆ ਦਾ ਜੀ ਉਹ ਕਾਂਗਰਸੀਆਂ ਦਾ ਪਿੰਡ ਆ ਉਹਨਾਂ ਨੇ ਇੱਕ ਵਾਰੀ ਇਦਾਂ ਹੀ ਕੋਈ ਕਾਂਗਰਸੀ ਆ ਪਿੰਡ ਚ ਵੋਟਾਂ ਮੰਗਣ ਗਿਆ ਤੇ ਪਿੰਡ ਦੇ ਲੋਕਾਂ ਨੇ ਉਦੋਂ ਅੰਬੈਸਟਰ ਕਰਾਂ ਹੁੰਦੀਆਂ ਸੀ ਉਹ ਚੁੱਕ ਕੇ ਨਾ ਮੂੰਹ ਗੜਦੀ ਵਾਲੇ ਵੱਲੋਂ ਕਰ ਦਿੱਤਾ ਗੜਦੀ ਵਾਲੇ ਵੱਲੋਂ ਪਿੰਡ ਨੂੰ ਸੜਕਾਂ ਦੀ ਆ ਜੀ ਸੋ ਕਦੇ-ਕਦੇ ਫਿਰ ਲੋਕ ਇਦਾਂ ਨਿੱਤਰਦੇ ਆ ਹੁਣ ਅਸਲ ਚ ਸਾਰਾ ਜਿਹੜਾ ਕੈਪਟਨ ਸਾਹਿਬ ਦਾ ਇਸ ਵੇਲੇ ਡਰਿਆ ਨਾ ਉਹ ਇਹ ਹੈ ਵੀ ਲੋਕਾਂ ਤੋਂ ਵੋਟਾਂ ਕਿਵੇਂ ਮੰਗਣੀਆਂ ਲੋਕਾਂ 'ਚ ਜਾਣਾ ਕਿਵੇਂ ਆ ਦੇਖੋ ਪਹਿਲਾਂ ਹੀ ਭਾਜਪਾ ਵਾਲਿਆਂ ਦਾ ਪਿੰਡਾਂ 'ਚ ਬਾਈਕਾਟ ਹੋ ਰਿਹਾ ਵੜ ਨਹੀਂ ਦਿੱਤਾ ਜਾ ਰਿਹਾ ਬਿਲਕੁਲ ਅਕਾਲੀਆਂ ਦਾ ਵੀ ਕੋਈ ਬਹੁਤਾ ਚੰਗਾ ਹਾਲ ਨਹੀਂ ਤੇ ਕਾਂਗਰਸ ਦਾ ਵੀ ਉਹੀ ਹੋਣ ਵਾਲਾ ਹੈਗਾ ਸੋ ਇਸ ਸਾਰੇ ਘਟਨਾਕ੍ਰਮ ਦੇ ਮੱਦੇ ਨਜ਼ਰ ਜਿਹੜੀ ਇਸ ਵੇਲੇ ਪਾਰਟੀ ਦੀ ਅੰਦਰੂਨੀ ਲੜਾਈ ਅੰਦਰੂਨੀ ਲੜਾਈ ਨਹੀਂ ਇਹਨੂੰ ਮੈਂ ਸਿਰਫ ਤੇ ਸਿਰਫ ਰਾਜਾ ਸਾਹਿਬ ਦਾ ਵਿਰੋਧੀ ਕਹਾਗਾ ਔਰ ਬਹੁਤੇ ਵਿਧਾਇਕ ਜਿਹੜੇ ਆ ਉਹ ਇੱਕ ਸੁਰ ਨੇ ਸੋ ਇਦਾਂ ਹੀ ਜਿਹੜਾ ਉਹਨਾਂ ਦਾ ਮੇਨ ਆ ਮੇਰਾ ਮਤਲਬ ਸਿੱਧੂ ਤੋਂ ਸਿੱਧੂ ਸਾਹਿਬ ਜਿਹੜੇ ਆ ਉਹ ਉਹ ਇਦਾਂ ਦੇ ਖਤਸ਼ੇ ਪ੍ਰਗਟ ਕੀਤੇ ਜਾ ਰਹੇ ਵੀ ਆਪ ਚ ਜਾ ਰਹੇ ਇੱਧਰ ਜਾ ਰਹੇ ਉੱਧਰ ਜਾ ਰਹੇ ਸੋ ਕੁੱਲ ਮਿਲਾ ਕੇ ਸਥਿਤੀ ਨਾਮਾ ਡੋ ਰਿਆ ਕੁਛ ਨਾ ਕੁਛ ਤਾਂ ਲੋਕਾਂ ਨੂੰ ਜਵਾਬ ਦੇਣਾ ਪੈਣਾ ਇਹਨਾਂ ਲੋਕਾਂ ਨੂੰ ਪਹਿਲਾਂ ਇੱਕ ਬਿੱਲੀ ਨੇ ਬੜੀਆਂ ਮਲਾਈਆਂ ਛਕੀਆਂ ਜੀ ਉਹ ਛਿੱਕਿਓ ਬਾਹਰ ਆਈ ਸੀ ਅਗਾਲੀਆਂ ਵਾਲੀ ਬਿੱਲੀ ਹੁਣ ਕਾਂਗਰਸ ਵਾਲੀ ਬਿੱਲੀ ਵੀ ਬਾਹਰ ਆ ਗਈ ਜੀ ਹਨਾ ਥੈਲਿਓ ਥੈਲਿਓ ਬਾਹਰ ਆ ਗਈ ਹੁਣ ਪਤਾ ਲੱਗ ਗਿਆ ਲੋਕਾਂ ਨੂੰ ਵੀ ਇਹ ਸਭ ਕੀ ਚੱਲ ਰਿਹਾ ਤੇ ਲੋਕੀ ਤਾਂ ਇਹ ਕਹਿ ਰਹੇ ਆ ਵੀ ਜਿਹੜੇ ਐਮ.ਐਲ.ਏ ਵੀ ਆ ਨਾ ਉਹਨਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਆਦਬੀ ਨਾ ਕੋਈ ਲੈਣਾ ਦੇਣਾ ਨਹੀਂ ਉਹ ਵੀ 2022 ਵਾਰੀ ਚਿੰਤਾ ਤੇ ਆ ਇਹ ਗੱਲ ਕਹਿ ਰਹੇ ਆ ਦੇਖੋ ਕਿਸੇ ਹੱਦ ਤੱਕ ਇਹ ਲੋਕਾਂ ਦੀ ਗੱਲ ਠੀਕ ਹੈ ਪਰ ਜਿਵੇਂ ਹੁਣ ਧਿਆਨ ਸਿੰਘ ਮੰਡ ਹੋਰੀ ਪਿਛਲੇ ਦਿਨੀ ਕਿਹਾ ਸੀ ਕਿ ਜਿਹੜੇ ਬੰਦੇ ਉੱਥੇ ਗਏ ਸੀ ਮਨਾਉਣ ਧਰਨਾਕਾਰੀਆਂ ਨੂੰ ਉਠਾਉਣ ਲਈ ਠੀਕ ਹੈ ਉਹ ਹੁਣ ਕਿੱਥੇ ਆ ਉਹ ਕੌਣ ਸੀਗੇ ਤ੍ਰਿਪਤ ਰਜਿੰਦਰ ਬਾਜਵਾ ਹੋਰੀ ਸੁਖਜਿੰਦਰ ਰੰਧਾਵਾ ਸੁਖਜਿੰਦਰ ਰੰਧਾਵਾ ਹੋਰੀ ਬਾਜਵਾ ਸਾਹਿਬ ਤਾਂ ਬਿਲਕੁਲ ਹੀ ਜਣ ਕੇ ਚੁੱਪੀ ਸਾਧ ਲਈ ਗਵਾਚ ਗਏ ਕਿਤੇ ਲੰਪਦੇ ਠੀਕ ਹੈ ਨਾ ਸੋ ਇਹ ਸਾਰੀਆਂ ਗੱਲਾਂ ਦੇਖਣ ਵਾਲੀਆਂ ਹੈਗੀਆਂ ਔਰ ਦੇਖੋ ਹੁਣ ਨੇੜ ਭਵਿੱਖ ਦੇ ਵਿੱਚ ਚਿੰਤਾ ਤਾਂ ਉਹਨਾਂ ਨੂੰ ਵੀ ਆਪੇ ਅਸੀਂ ਆਪਣੀ ਆਪਣੀ ਸੀਟ ਕਿਵੇਂ ਜਿਤਨੀਆਂ ਮੁੜ ਕੇ ਟਿਕਟਾਂ ਵੀ ਮਿਲਦੀਆਂ ਕਿ ਨਹੀਂ ਮਿਲਦੀਆਂ ਇੰਨੇ ਵਿਰੋਧ ਤੋਂ ਬਾਅਦ ਕੈਪਟਨ ਸਾਹਿਬ ਦੇ ਤੋਂ ਸੋ ਇਹ ਸਥਿਤੀ ਜਿਹੜੀ ਆ ਛੇਤੀ ਸਪਸ਼ਟ ਹੋ ਜਾਏਗੀ ਕੋ ਬਹੁਤਾ ਚਰ ਨਹੀਂ ਲੱਗਣਾ ਹੈਗਾ ਅੱਜ ਪਟਿਆਲੇ ਚ ਕਹਿੰਦੇ ਟਰੈਕਟਰ ਹੀ ਟਰੈਕਟਰ ਹੋਇਆ ਪਿਆ ਕੈਪਟਨ ਸਾਹਿਬ ਦਾ ਘਰ ਵੀ ਘੇਰਿਆ ਜਾ ਰਿਹਾ ਹੈ ਦੇਖੋ ਪਿਛਲੇ ਕਈ ਦਿਨਾਂ ਤੋਂ ਕੈਪਟਨ ਸਾਹਿਬ ਦੇ ਘਰ ਦੇ ਲਾਗੇ ਤੇ ਹੋਰ ਥਾਵਾਂ ਤੇ ਜਿਹੜੀਆਂ ਜ਼ਮੀਨਾਂ ਐਕਵਾਰ ਹੋ ਰਹੀਆਂ ਉੱਚ ਜਿਹੜੀ ਜੰਮੂ ਕਟੜਾ ਜੰਮੂ ਕਟੜਾ ਜਿਹੜੀ ਆ ਦਿੱਲੀ ਤੋਂ ਐਕਸਪ੍ਰੈਸ ਹਾਈਵੇ ਜਿਹੜਾ ਆ ਰਿਹਾ ਉਹਦੇ ਲਈ ਬਹੁਤ ਸਾਰੀਆਂ ਜ਼ਮੀਨਾਂ ਜਿਹੜੀਆਂ ਐਕਵਾਰ ਕੀਤੀਆਂ ਜਾ ਰਹੀਆਂ ਪੰਜਾਬ 'ਚ ਆਪਾਂ ਪੜਦੇ ਰਹੇ ਹਾਂ ਹੁਣ ਤੱਕ ਖਬਰਾਂ 'ਚ ਆਉਂਦਾ ਵੀ ਜਿਹੜੇ ਸਰਵੇ ਕਰਨ ਵਾਲੇ ਸੜਕ ਦਾ ਉਹਨਾਂ ਨੂੰ ਕਿਦਾਂ ਘੇਰ ਕੇ ਲੋਕਾਂ ਨੇ ਬੰਦੀ ਬਣਾਇਆ ਭਜਾਏ ਲੋਕਾਂ ਨੇ ਨਹੀਂ ਪਰ ਉਹ ਤਾਂ ਤੇ ਇੱਕ ਹੋਰ ਚੀਜ਼ ਆ ਰਹੀ ਸੀ ਜੀ ਉਹ ਤਾਂ ਪਰ ਇਕੜ ਸਿਰਫ 9 ਲੱਖ ਰੁਪਇਆ ਦੇ ਰਹੇ ਆ ਪੰਜਾਬ ਦੀ ਜ਼ਮੀਨ ਹੈ ਕਿਤੇ 9 ਲੱਖ ਪਰ ਇਕੜ ਵਾਲੀ ਪੰਜਾਬ ਦੀ ਜਿਹੜੀ ਮਤਲਬ ਸੋਨੇ ਦੇ ਭਾਜਮੀਨ ਹੋਵੇ ਤੇ ਉਹਦਾ 9 ਲੱਖ ਰੁਪਇਆ ਉਹ ਕਹਿੰਦੇ ਸਾਨੂੰ ਕਿਸੇ ਵੀ ਰੂਪ ਵਿੱਚ ਗੁਵਾਰਾ ਨਹੀਂ ਉਹ ਕਦੀ ਡਿਪਟੀ ਕਮਿਸ਼ਨਰ ਲੈਵਲ ਦੀਆਂ ਮੀਟਿੰਗਾਂ ਕਦੀ ਕਿਦਾਂ ਕਦੀ ਕਿਦਾਂ ਕਿਉਂਕਿ ਸਾਰੇ ਪੰਜਾਬ ਚੋਂ ਲੰਘਦੀ ਆ ਔਰ ਇੱਥੇ ਸੰਤ ਪਪਾ ਬਲਬੀਰ ਸਿੰਘ ਸੀਚੇਹਾਲ ਹੋਰੀ ਵੀ ਅਨ ਡੀਸੀ ਕਪੂਰਥਲਾ ਦੇ ਨਾਲ ਮੀਟਿੰਗ ਹੋਈ ਸੀ ਉਹ ਮੀਟਿੰਗ ਦੇ ਵਿੱਚ ਰੌਲਾ ਰੱਪਾ ਪਿਆ ਸੀ ਕਿ ਉਹਦੇ ਨਾਲ ਸੇਮ ਆਉਣ ਦਾ ਵੀ ਖਤਰਾ ਹੈ ਠੀਕ ਆ ਉਹ ਕਈ ਤਰ੍ਹਾਂ ਦੇ ਖਤਸ਼ੇ ਨੇ ਤਾਂ ਹੁਣ ਲੋਕ ਵਿਰੋਧ ਕਰਦੇ ਸੀਗੇ ਕਿ ਮੁਆਵਜ਼ਾ ਵਧਾਇਆ ਜਾਵੇ ਨਹੀਂ ਤਾਂ ਅਸੀਂ ਇਹ ਬੰਨ ਨਹੀਂ ਦੇਣੀ ਪਰ ਕੈਪਟਨ ਸਾਹਿਬ ਆਮ ਮਤਲਬ ਜਿੱਦਾਂ ਰੁਟੀਨ ਚ ਹੀ ਬਹੁਤੀ ਪਰਵਾਹ ਨਹੀਂ ਕਰਦੇ ਤੇ ਅੱਜ ਉਹ ਥੋੜਾ ਜਿਹਾ ਆਪਣੀ ਹੋਂਦ ਦਰਸਾਉਣ ਲਈ ਕਿਸਾਨਾਂ ਨੇ ਉੱਥੇ ਟਰੈਕਟਰ ਮਾਰਚ ਕੀਤਾ ਮੋਤੀ ਮਹਿਲ ਵੱਲਾਂ ਤੇ ਬੈਰੀਕੇਡ ਜਿਹੜੇ ਪੁਲਿਸ ਦੇ ਲਾਏ ਹੋਏ ਸੀ ਪੁਲਿਸ ਨੌਕਰੀ ਸੀ ਬਥੇਰੀ ਲੱਗੀ ਬੈਰੀਕੇਡ ਲੱਗੇ ਹੋਏ ਸੀ ਉਹ ਦੁਪਹਿਰ ਦੇ ਵੇਲੇ ਹੀ ਉਹਨਾਂ ਨੇ ਰਿਪੋਰਟ ਕੀਤਾ ਇੱਕ ਤਰ੍ਹਾਂ ਨਾਲ ਮੋਤੀ ਮਹਿਲ ਨੂੰ ਜਿਹੜੇ ਸਾਰੇ ਰਾਹ ਆਉਣ ਵਾਲੇ ਆ ਕਿਤੇ ਵੀ ਪਟਿਆਲੇ ਚੋਂ ਉਹ ਸਾਰਿਆਂ ਤੇ ਧਰਨਾ ਹੀ ਲੱਗੇ ਹੋਏ ਆ ਆਵਾਜ਼ਾਈ ਬੰਦ ਕੀਤੀ ਹੋਈ ਆ ਦੁਪਹਿਰ ਦੀ ਉਧਰ ਕਹਿੰਦੇ ਸੋਚਾ ਸਿੰਘ ਲੰਗਾਹ ਹੁਣੀ ਜਿਹੜੇ ਮਾਫੀ ਮੰਗ ਰਹੇ ਆ ਕਹਿੰਦੇ ਮੈਨੂੰ ਵਾਪਸ ਆ ਜਾਓ ਪੰਥ ਚੋਂ ਲੈ ਆਓ ਵਾਪਸ ਇਹ 2022 ਦੀਆਂ ਇਲੈਕਸ਼ਨ ਦਾ ਪ੍ਰਤਾਪ ਤੇ ਨਹੀਂ ਤੇਜਪਾਲ ਜੀ ਕੁਝ ਗਨਾਹ ਹੁੰਦੇ ਆ ਵੀ ਜਿਹੜੇ ਮਾਫ ਵੀ ਕੀਤੇ ਜਾ ਸਕਦੇ ਹੁੰਦੇ ਬਿਲਕੁਲ ਮੰਨ ਲਓ ਕਿਤੇ ਫਟ ਆਫ ਰੇਜ ਕਿਤੇ ਅਚਾਨਕ ਗੁੱਸਾ ਆਇਆ ਕੋਈ ਬੰਦਾ ਹੀ ਮਰ ਜਾਂਦਾ ਕਿਸੇ ਤੋਂ ਹਾਂਜੀ ਹਾਂਜੀ ਠੀਕ ਐ ਕੋਈ ਹੋਰ ਗਨਾਹ ਹੋ ਜਾਂਦਾ ਪਰ ਜਿਹੋ ਜਿਹੇ ਗਨਾਹ ਸੱਚਾ ਸਿੰਘ ਲੰਗਾ ਹੋ ਰਹਾਂਦਾ ਨਾ ਇਹ ਵੱੱਜਰ ਗਨਾਹ ਹੁੰਦੇ ਆ ਬਿਲਕੁਲ ਤੇ ਇਹੋ ਜਿਹੇ ਲੋਕ ਜਿਹੜੇ ਆ ਪੰਥਕ ਕਹਾਉਣ ਦੇ ਹੱਕਦਾਰ ਨਹੀਂ ਹੱਕਦਾਰ ਨਹੀਂ ਨਾ ਹੀ ਮੁੜ ਕੇ ਪੰਥ ਚ ਸ਼ਾਮਿਲ ਕੀਤਾ ਜਾ ਸਕਦਾ ਹੈ ਅੱਗੇ ਲੋਕਾਂ ਨੂੰ ਨਾ ਕਰਨਾ ਚਾਹੀਦਾ ਮੇਰੇ ਇਹ ਮੇਰੀ ਨਿੱਜੀ ਰਾਏ ਆ ਪਰ ਹੁਣ ਜਿਵੇਂ ਸੋਨੂ ਲੰਗਾ ਉਹਨਾਂ ਦਾ ਬੇਟਾ ਉਹਨਾਂ ਦੇ ਮਾਪੇ ਉਹਨਾਂ ਨੇ ਦਰਖਾਸਤ ਦਿੱਤੀ ਹੈਗੀ ਆ ਅਕਾਲ ਤਖਤ ਸਕਤਰੇਤ ਵਿੱਚ ਇੱਕ ਤਰ੍ਹਾਂ ਨਾਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਜਥੇਦਾਰ ਸਾਹਿਬ ਨੂੰ ਭਈ ਮੇਰੇ ਪੁੱਤ ਨੂੰ ਜਿਹੜਾ ਆ ਉਹ ਮਾਫ ਕੀਤਾ ਜਾਵੇ ਤੇ ਮੁੜ ਕੇ ਪੰਥਕ ਸਫਾ ਚ ਸ਼ਾਮਲ ਕੀਤਾ ਜਾਵੇ ਜੋ ਵੀ ਆ ਬਣਦਾ ਉਹਨੂੰ ਸਜ਼ਾ ਲਾਈ ਜਾਵੇ ਸੋ ਇਹ ਅਕਾਲ ਤਖਤ ਦਾ ਹੁਣ ਪੰਜ ਸਿੰਘ ਸਹਿਬਾਨ ਦਾ ਫੈਸਲਾ ਹੋ ਸਕਦਾ ਜਥੇਦਾਰ ਸਾਹਿਬ ਦਾ ਫੈਸਲਾ ਹੋ ਸਕਦਾ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ ਪਰ ਤੁਸੀਂ ਦੇਖੋ ਭਈ ਇਹੋ ਜੇ ਇਨੀ ਬਦਨਾਮੀ ਤੋਂ ਬਾਅਦ ਉਹ ਲੋਕ ਫੇਰ ਪੰਥਕ ਸਫਾ ਵਿੱਚ ਸ਼ਾਮਿਲ ਕੀਤੇ ਜਾਣ ਤੇ ਇਹੋ ਜੇ ਲੋਕਾਂ ਨੂੰ ਫੇਰ ਗੱਲ ਨਾਲ ਲਾਇਆ ਜਾਵੇ ਇਹ ਮੈਨੂੰ ਲੱਗਦਾ ਬਹੁਤੇ ਸਿੱਖਾਂ ਨੂੰ ਜਿਹੜਾ ਉਹ ਇਹ ਗੱਲ ਪਚਣੀ ਨਹੀਂ ਔਰ ਕਿਉਂਕਿ ਪੰਜਾਬ ਦੇ ਵਿੱਚ ਇਕੱਲੇ ਅਕਾਲੀ ਸਿੱਖ ਨਹੀਂਗੇ ਜਿਹੜੇ ਨੋਂ ਅਕਾਲੀ ਉਹ ਵੀ ਸਿੱਖਿਆ ਕਟੜ ਸਿੱਖਿਆ ਤੇ ਇਹਦਾ ਵਿਰੋਧ ਮੈਨੂੰ ਲੱਗਦਾ ਜਰੂਰ ਹੋਏਗਾ ਇਸ ਗੱਲ ਦਾ ਕਹਿੰਦੇ ਮਾਤਾ ਪਿਤਾ ਨੇ ਕੋਈ ਚਿੱਠੀ ਹਾਂਜੀ ਉਹ ਹੀਗੀ ਆ ਪਰ ਉਹਨੂੰ ਲੰਘਾਣੇ ਦਿੱਤੀ ਆ ਹਾਂ ਜਿਹੜੀ ਚਿੱਠੀ ਆ ਉਹ ਕਹਿੰਦੇ ਲਿਖੀ ਹੋ ਹੋਰ ਦੀ ਆ ਸਿਰਫ ਮਾਤਾ ਪਿਤਾ ਦੇ ਸਾਈਨ ਆ ਉਹਦੇ ਤੇ ਔਰ ਚਿੱਠੀ ਕਿਸੇ ਅੱਛੇ ਰਾਈਟਰ ਦੀ ਲਿਖੀ ਹੋ ਲੱਗਦੀ ਓ ਜੀ ਦੇਖੋ ਜਿਹੜੀ ਕੰਪਲੇਨੈਂਟ ਔਰ ਸੀਓ ਤਾਂ ਇਹਨਾਂ ਨੇ ਡਰਾ ਡਰਾ ਲਿਆ ਡਰਾ ਡਰਾ ਲਿਆ ਤਾਂ ਜਵੇਂ ਕਿਵੇਂ ਕੇਸ ਭਾਵੇਂ ਵਾਪਸ ਹੋ ਗਏ ਪਰ ਜਿਹੜੇ ਦਾਗ ਲੱਗ ਜਾਂਦੇ ਆ ਉਹ ਸਾਰੀਆਂ ਉਮਰਾਂ ਦੇ ਦਾਗ ਹੁੰਦੇ ਆ ਤੇ ਉਹ ਧੋਤੇ ਨਹੀਂ ਜਾ ਸਕਦੇ ਜੀ ਸਮਾਹੁਰੇ ਇੱਕ ਬ੍ਰੇਕ ਤਾਂ ਮਿਲਦੇ ਆ ਬ੍ਰੇਕ ਤੋਂ ਬਾਅਦ ਪੰਜਾਬ ਮਿਲ ਟੀਵੀ ਯੂ ਐਸ ਏ ਦੇਖ ਰਹਾ ਹੈ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਸਰਦਾਰ ਨਰਿੰਦਰ ਸਿੰਘ ਸੱਤੀ ਹੁਣੀ ਸਾਡੇ ਨਾਲ ਬਣੇ ਹੋਏ ਆ ਵਾਧਿਆ ਅਗਲੀ ਗੱਲ ਨਾਲ ਸੱਤੀ ਸਾਹਿਬ ਜਿੱਦਾਂ ਆਪਾਂ ਪਿਛਲੇ ਦਿਨਾਂ 'ਚ ਗੱਲ ਕੀਤੀ ਸੀ ਜੀ ਵੀ ਆਪਾਂ ਟਵਿੱਟਰ ਨੂੰ ਇੱਕ ਚਿੜੀ ਸਮਝਦੇ ਸੀ ਉਹ ਵੀ ਸਰਕਾਰੀ ਤੋਤਾ ਨਿਕਲਿਆ ਜਿਵੇਂ ਸਰਕਾਰ ਚਾਹੁੰਦੀ ਆ ਉਹ ਤੋਤਾ ਉਵੇਂ ਬੋਲੀ ਜਾਂਦਾ ਬਿਲਕੁਲ ਬਿਲਕੁਲ ਹੈਨਾ ਸਰਕਾਰ ਦੀ ਬੋਲੀ ਬੋਲ ਰਿਹਾ ਸਰਕਾਰ ਦੀ ਬੋਲੀ ਬੋਲਦੇ ਆ ਹੁਣ ਕੱਲ ਫੇਸਬੁੱਕ ਤੇ ਇਲਜ਼ਾਮ ਲੱਗਾ ਇੱਕ ਵੀ ਉੱਥੇ ਇੱਕ ਹੈਸ਼ਟੈਗ ਟਵੀਟ ਕੀਤਾ ਰਿਜ਼ਾਈਨ ਮੋਦੀ ਜੀ ਫੇਸਬੁੱਕ ਨੇ ਉਹ ਹਟਾ ਦਿੱਤਾ ਜਦੋਂ ਲੋਕਾਂ ਦਾ ਰੋਹ ਵੱਧ ਗਿਆ ਤਾ ਫੇਸਬੁੱਕ ਦੁਆਰਾ ਲੈ ਜਾਂਦਾ ਕਹਿੰਦੇ ਗਲਤੀ ਹੋ ਗਈ ਸਾਡੇ ਤੋਂ ਜੀ ਵੀ ਸਾਡੀ ਕੋਈ ਏਦਾਂ ਮਨਸ਼ਾ ਨਹੀਂ ਸੀ ਜੀ ਹੈ ਇਹਦਾ ਮਤਲਬ ਆ ਪਈ ਇਹ ਜਿਹੜਾ ਲੋਕਤੰਤਰ ਜਿਹਨੂੰ ਵੱਡੇ ਵੱਡੇ ਝੰਡੇ ਲਾ ਕੇ ਇਹ ਦੱਸਦੇ ਆ ਸਾਡਾ ਬਹੁਤ ਵੱਡਾ ਲੋਕਤੰਤਰ ਆ ਭਾਰਤ ਜਿਹੜਾ ਇਹ ਲੋਕਤੰਤਰ ਹੈ ਕਿੱਥੇ ਆ ਜੇ ਤੁਸੀਂ ਲੋਕਾਂ ਦੇ ਬੋਲਣ ਦੀ ਆਜ਼ਾਦੀ ਹੀ ਖਤਮ ਕਰ ਰਹੇ ਹੋ ਤੁਸੀਂ ਲੋਕਤੰਤਰ ਦੀ ਗੱਲ ਕਰਦੇ ਹੋ ਡੈਮੋਕ੍ਰੇਸੀ ਜਿਹੜੀ ਹੈ ਉਹ ਤਾਂ ਗਵਰਨਮੈਂਟ ਆਫ ਦਾ ਪੀਪਲ ਬਾਏ ਦਾ ਪੀਪਲ ਐਂਡ ਫਾਰ ਦਾ ਪੀਪਲ ਹੁੰਦੀ ਆ ਠੀਕ ਹੈ ਇਹ ਤਾਂ ਲੋਕਾਂ ਨੂੰ ਬੁੱਲਣੇ ਨਹੀਂ ਦਿੰਦੇ ਜਿੱਦਾਂ ਤੁਸੀਂ ਕਹਿੰਦੇ ਆਂ ਵੀ ਟਵਿੱਟਰ ਸਰਕਾਰੀ ਤੋਤਾ ਹੀ ਨਿਕਲਿਆ ਫੇਸਬੁੱਕ ਨੇ ਵੀ ਪਹਿਲਾਂ ਹਟਾਤਾ ਹੈ ਹੈਸ਼ਟੈਗ ਜਿਹੜਾ ਆ ਰਿਸਾਈਨ ਬੋਦੀ ਫਿਰ ਪਾਤਾ ਵੀ ਸਾਨੂੰ ਸਰਕਾਰ ਵੱਲੋਂ ਕੋਈ ਹਦਾਇਤਾਂ ਨਹੀਂ ਆਇਆਂ ਕਿਤੇ ਗਲਤੀ ਨਾਲ ਹੀ ਹੋ ਗਿਆ ਜਿਵੇਂ ਕਿਵੇਂ ਵੀ ਹੋਇਆ ਆਰ ਕੇ ਲਕਸ਼ਮਣ ਹਿੰਦੁਸਤਾਨ ਦੇ ਨਹੀਂ ਦੁਨੀਆ ਭਰ ਚ ਜਾਣੇ ਜਾਂਦੇ ਕਾਰਟੂਨਿਸਟ ਹੋਏ ਆ ਬਿਲਕੁਲ 1962 ਚ ਕਿਤੇ ਉਹਨਾਂ ਦਾ ਇੱਕ ਕਾਰਟੂਨ ਸੀਗਾ ਦਸੰਬਰ 62 ਦਾ ਅੱਛਾ ਜੀ ਉੱਚ ਇੱਕ ਬੰਦੇ ਨੂੰ ਪੁਲਿਸ ਫੜ ਕੇ ਲਿਜਾ ਰਹੀ ਆ ਤੇ ਉਹ ਕਹਿੰਦਾ ਮੇਰਾ ਕੋਈ ਕਸੂਰ ਨਹੀਂ ਵੀ ਮੈਂ ਤਾਂ ਫੋਹਾਂ ਨਹੀਂ ਫੁਲਾ ਰਿਹਾ ਮੈਂ ਰਿਊਮਰਸ ਨਹੀਂ ਫੁਲਾ ਰਿਹਾ ਉਹ ਕਹਿੰਦੇ ਨਹੀਂ ਨਹੀਂ ਸਾਨੂੰ ਪਤਾ ਵੀ ਤੂੰ ਰਿਮਰਸ ਨਹੀਂ ਫੁਲਾ ਰਿਹਾ ਤੇਰਾ ਕਸੂਰ ਇਹ ਆ ਤੇਰੇ ਤੇ ਦੋਸ਼ ਇਹ ਆ ਵੀ ਤੂੰ ਸੱਚ ਲੋਕਾਂ ਨੂੰ ਦੱਸ ਰਿਹਾ ਬਸ ਸੋ ਅੱਜ ਜਿਹੜਾ ਕੋ ਮਾੜੀ ਮੋਟੀ ਸੱਚ ਦੀ ਗੱਲ ਕਰਦਾ ਉਹਦੇ ਤੇ ਦੇਸ਼த்ਰੋਹੀ ਦਾ ਲੈਵਲ ਆ ਚੇਪੀ ਲਾਓ ਤੇ ਫੜ ਕੇ ਅੰਦਰ ਕਰੋ ਇਹ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਸੁਣਵਾਈ ਚੱਲ ਰਹੀ ਆ ਕੋਵਿਡ ਦੇ ਸਬੰਧਿਤਾਂ ਨੂੰ ਪਤਾ ਗਿਆ ਇਸ ਦੀ ਸਪਲਾਈ ਸਬੰਧੀ ਹੋਰ ਸਥਿਤੀ ਸਬੰਧੀ ਕੱਲ ਸਖਤ ਟਿੱਪਣੀਆਂ ਕੀਤੀਆਂ ਉਹ ਕਹਿੰਦੇ ਤੁਸੀਂ ਇਨਫੋਰਮੇਸ਼ਨ ਸੁਪਰੀਮ ਕੋਰਟ ਨੇ ਕਿਹਾ ਤੇ ਉਹਨੂੰ ਕਿਵੇਂ ਰੋਕ ਸਕਦੇ ਆ ਤੁਹਾਨੂੰ ਲੋਕਾਂ ਦੀ ਆਵਾਜ਼ ਸੁਣਨੀ ਪੈਣੀ ਆ ਸੋ ਇਦਾਂ ਦੀ ਸਖਤ ਟਿੱਪਣੀ ਕੱਲ ਸੁਪਰੀਮ ਕੋਰਟ ਚੋਂ ਆਈ ਆ ਦੂਸਰਾ ਕੋਵਿਡ ਦੀ ਸਥਿਤੀ ਲਾ ਲਓ ਇੱਕ ਬੰਨੇ ਤਾਂ ਜਿਹੜਾ ਹੈਗਾ ਭਈ ਇਹ ਇਹ ਜ਼ੋਰ ਲਾ ਕੇ ਦੱਸਿਆ ਜਾ ਰਿਹਾ ਪਈ ਹਿੰਦੁਸਤਾਨ ਦੇ ਵਿੱਚ ਸਥਿਤੀ ਕਾਬੂ ਹੈ ਠਿਆ ਦੁਨੀਆ ਭਰ ਦਾ ਜਿਹੜਾ ਮੀਡੀਆ ਆ ਸਮੇਤ ਹਿੰਦੁਸਤਾਨ ਮਤਲਬ ਸਾਡੇ ਮੀਡੀਆ ਮੀਡੀਆ ਜਿਹੜਾ ਗੋਦੀ ਮੀਡੀਆ ਉਹ ਵੀ ਇਸ ਵੇਲੇ ਸਵਾਲ ਕਰ ਰਿਹਾ ਭਈ ਜਿਵੇਂ ਲੋਕ ਮਰ ਰਹੇ ਆ ਸ਼ਮਸ਼ਾਨ ਘਾਟਾਂ 'ਚ ਥਾਂ ਹੈ ਨਹੀਂ ਅੱਜ ਜਲੰਧਰ ਦੀ ਤੁਸੀਂ ਗੱਲ ਲੈ ਲਓ ਪਈ 40 ਲੱਖਾਂ ਦਾ ਸੰਸਕਾਰ ਕਰ ਦਿੱਤਾ ਚਾਰ ਬਚ ਗਈਆਂ ਇਹ ਅੱਜ ਦੀਆਂ ਖਬਰਾਂ ਆ ਤੇ ਉਹ ਥਾਂ ਹੈ ਨਹੀਂ ਸਿਕਾ ਹੁਣ ਅਗਲੇ ਦਿਨ ਸੰਸਕਾਰ ਹੋਊਗਾ ਕਿਉਂਕਿ ਆਥਨ ਤੋਂ ਬਾਅਦ ਡੂੰਗੀ ਸ਼ਾਮ ਤੋਂ ਬਾਅਦ ਸੰਸਕਾਰ ਨਹੀਂ ਕਰਦੇ ਸੋ ਸੁਪਰੀਮ ਕੋਰਟ ਨੇ ਕਿਹਾ ਫਿਰ ਹੋਰ ਸਵਾਲ ਕੀਤੇ ਪਈ ਜਿਹੜੀ ਕਾਣੀ ਵੰਡ ਹੋ ਰਹੀ ਆ ਚਾਹੇ ਉਹ ਦਵਾਈਆਂ ਦੀ ਚਾਹੇ ਉਹ ਗੈਸ ਦੀ ਹੋਵੇ ਆਕਸੀਜਨ ਗੈਸ ਦੀ ਹੋਵੇ ਫਿਰ ਉਹਨਾਂ ਨੇ ਕਿਹਾ ਪਈ ਜਿਹੜੀ ਦਵਾਈ ਆ ਉਹਦੇ ਚ ਇੰਨਾ ਫਰਕ ਕਿਉਂ ਪੇ ਕਿਤੇ ਉਹਦੀ ਕਿੰਨੀ ਕੀਮਤ ਆ ਕਿਤੇ ਕਿੰਨੀ ਕੀਮਤ ਆ ਫਿਰ ਉਹ ਕਹਿੰਦੇ ਤੁਸੀਂ ਕਹਿੰਦੇ ਜੀ ਦਰਜ ਕਰਾਓ ਇੰਟਰਨੈਟ ਤੇ ਐ ਠੀਕ ਹੈ ਕਹਿੰਦੇ ਜਿਹੜੇ ਅਨਪੜ੍ਹ ਜਨਤਾ ਆ ਉਹ ਕਿੱਦਾਂ ਕਰਾਉਗੀ ਕਿੱਥੇ ਜਾਊਗੀ ਸੋ ਇਹ ਸਵਾਲ ਜਿਹੜੇ ਆ ਸਵਾਲਾਂ ਦੀ ਝੜੀ ਲਾਈ ਆ ਇੱਕ ਤਰ੍ਹਾਂ ਨਾਲ ਕੇਂਦਰ ਸਰਕਾਰ ਨੂੰ ਤੇ ਦੂਜਾ ਸੁਖਨਾ ਦਿੱਲੀ 'ਚ ਜਿਹੜੇ ਹਾਲਾਤ ਆ ਤੁਹਾਨੂੰ ਪਤਾ ਹੀ ਆ ਵੀ ਲੈਫਟੀਨੈਂਟ ਗਵਰਨਰ ਨੂੰ ਸਾਰੀਆਂ ਸ਼ਕਤੀਆਂ ਦੇ ਦਿੱਤੀਆਂ ਇੰਦਾ ਵੀ ਪਹਿਲੀ ਵਾਰ ਹੀ ਸੁਣਿਆ ਇਹ ਵੀ ਡੈਮੋਕ੍ਰੇਸੀ 'ਚ ਕਦੀ ਸੁਣਿਆ ਨਹੀਂ ਵੀ ਚੁਣੀ ਹੋਈ ਸਰਕਾਰ ਨੂੰ ਕੋਈ ਅਧਿਕਾਰ ਹੀ ਨਾ ਰਹਿ ਜਵੇ ਠੀਕ ਹੈ ਸੋ ਉਹਦੇ ਲਈ ਬਕਾਇਦਾ ਇਹਨਾਂ ਨੇ ਆਰਡੀਨੈਂਸ ਜਾਰੀ ਹੋਇਆ ਵੀ ਅੱਜ ਤੋਂ ਸਰਕਾਰ ਜਿਹੜੀ ਆ ਲੈਫਟੇਨੈਂਟ ਗਵਰਨਰ ਦੇ ਹਵਾਲੇ ਹੋ ਗਈ। ਬਿਲਕੁਲ। ਸੋ ਐਸ ਵੇਲੇ ਜਿਹੜੀ ਸਥਿਤੀ ਆ ਤੇਜਪਾਲ ਜੀ ਉਹ ਬੜੀ ਅਲਾਰਮਿੰਗ ਸਥਿਤੀ ਆ। ਬੜੀ ਖਤਰਨਾਕ ਸਥਿਤੀ ਚੋਂ ਦੇਸ਼ ਲੰਘ ਰਿਹਾ ਹੈਗਾ। ਅ ਕੁਝ ਲੋਕ ਪ੍ਰਵਾਬ ਨਹੀਂ ਕਰਦੇ। ਅ ਕੁਝ ਲੋਕਾਂ ਦੀ ਲਾਪਰਵਾਹੀ ਵੀ ਇਹਦੇ ਲਈ ਜ਼ਿੰਮੇਵਾਰ ਆ। ਪਰ ਸਰਕਾਰਾਂ ਜਿਹੜੀਆਂ ਇਕੱਲਾ ਲੋਕਾਂ ਨੂੰ ਦੋਸ਼ੀ ਦੇ ਸਕਦੀਆਂ ਸਰਕਾਰ ਬਰਾਬਰ ਦੀ ਦੋਸ਼ੀ ਆ ਬਲਕਿ ਸਰਕਾਰ ਹੀ ਦੋਸ਼ੀ ਆ ਬਿਲਕੁਲ ਠੀਕ ਹੈ ਹੁਣ ਦੋ ਤਰੀਕ ਨੂੰ ਦੋ ਤਰੀਕ ਫੇਰ ਆ ਗਈ ਮੋੜ ਹੈ ਠੀਕ ਹੈ ਬਿਲਕੁਲ ਚੋਣਾਂ ਦੇ ਨਤੀਜੇ ਆਉਣੇ ਆ ਉਸ ਤੋਂ ਬਾਅਦ ਹੋ ਸਕਦਾ ਕਰੋਨਾ ਬਾਰੇ ਜਿਹੜਾ ਪ੍ਰਚਾਰ ਹੋ ਹੋਰ ਕਿਸਮ ਦਾ ਹੋਣ ਲੱਗੇ ਹੋਰ ਕਿਸਮ ਦਾ ਹੋ ਜਾਏ ਜੀ ਅਰੁੰਧਤੀ ਰੌਏ ਜੀ ਉਹਨਾਂ ਨੇ ਇੱਕ ਗੱਲ ਲਿਖੀ ਗੱਲ ਮੈਂ ਇੱਕ ਆਪਣੀ ਕਿਸੇ ਦੂਸਰੇ ਕਿਤਾਬ ਦੇ ਉਹ ਕਹਿੰਦੇ ਆਪਾਂ ਇਹ ਕਿਉਂ ਕਹਿ ਰਹੇ ਆਂ ਕਿ ਸਿਸਟਮ ਕਲਾਪਸਡ ਜੀ ਸਿਸਟਮ ਐਕਚੁਅਲੀ ਬੇਰਲੀ ਐਗਜ਼ਿਸਟਡ ਜੀ ਵੀ ਸਿਸਟਮ ਦੇ ਵਿੱਚ ਹੈ ਹੀ ਕਦੇ ਨਹੀਂ ਸੀ ਜੀ ਹਮੇਸ਼ਾ ਅਸੀਂ ਇਦਾਂ ਕਿ ਉਹ ਕਹਿ ਰਹੇ ਕਹਿੰਦੇ ਜੋ ਕੋਰੋਨਾ ਚ ਇਸ ਵੇਲੇ ਹੋ ਰਿਹਾ ਜੀ ਤੇ ਇਹਨੂੰ ਅਸੀਂ ਕਲਾਪਸ ਨਾ ਕਹੀਏ ਅਸਲ ਦੇ ਵਿੱਚ ਹੈ ਹੀ ਨਹੀਂ ਸੀ ਇੱਥੇ ਸਿਸਟਮ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈਗੀ ਬਿਲਕੁਲ ਦੇਖੋ ਅਰੁੰਦਤੀ ਰੌਏ ਉਹਨਾਂ ਨੂੰ ਜੇ ਸੁਣਨਾ ਵੀ ਕਦੀ ਸੁਣਨ ਦਾ ਵੀ ਮੌਕਾ ਮਿਲੇ ਤਾਂ ਇਦਾਂ ਲੱਗਦਾ ਹੁੰਦਾ ਜਿੱਦਾਂ ਤੁਸੀਂ ਇੱਕੋ ਵੇਲੇ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਲੀਆਂ ਹੋਣ। ਬਿਲਕੁਲ ਇਦਾਂ। ਅ ਉਹਨਾਂ ਦਾ ਜਿਹੜਾ ਇਹੋ ਜਿਹਾ ਕੋਈ ਟਵੀਟ ਆ ਜਾਂ ਕਿਤੇ ਲਿਖਦੇ ਆ ਤਾਂ ਉਹ ਅਰਥ ਭਰਪੂਰ ਹੁੰਦਾ। ਅ ਸਾਰਾ ਹਿੰਦੁਸਤਾਨ ਹਿੰਦੁਸਤਾਨ ਦੇ ਸਿਆਸਤਦਾਨ ਰੌਲਾ ਪਾਉਂਦੇ ਆ ਭਈ ਮਾਓਵਾਦਿਆ ਕਰਦੇ ਆ ਉਹ ਕਰਦੇ ਆ। ਕਿੰਨੇ ਲੋਕ ਜਿਹੜੇ ਆ ਮਾਓਵਾਦਿਆਂ ਦੇ ਨਾਂ ਤੇ ਫੜ ਕੇ 29 ਰਾਏ ਉਹਨਾਂ ਚ ਰਹਿੰਦੀ ਮਹੀਨਾ ਜਾ ਕੇ। ਠੀਕ ਆ। ਉਥੋਂ ਦੇ ਜਿਹੜੇ ਹਾਲਾਤ ਆ ਉਹਨਾਂ ਬਾਰੇ ਲਿਖਤੀਆ ਵੀ ਮਾਓਵਾਦੀ ਕਰਦੇ ਕੀ ਆ ਤੇ ਬਣੇ ਕਿਉਂ ਨੇ ਠੀਕ ਆ ਉਹ ਇਹਨਾਂ ਦੇ ਪਾਜਾ ਘੇੜਦੀ ਆ ਬਿਲਕੁਲ ਇਸੇ ਤਰ੍ਹਾਂ ਹੁਣ ਉਹਨੇ ਸਿਸਟਮ ਤੇ ਇੱਕ ਤਰ੍ਹਾਂ ਦੀ ਇਸਟਿਕ ਬਾਅਰ ਕੀਤਾ ਹੈਗਾ ਸਿਸਟਮ ਤੇ ਵੀ ਸਿਸਟਮ ਹੈ ਹੀ ਕੋਈ ਨਹੀਂ ਹਿੰਦੁਸਤਾਨ ਦੇ ਵਿੱਚ ਠੀਕ ਆ ਇਹ ਸਿਆਸਤਦਾਨਾਂ ਨੂੰ ਦਬਲਣ ਦੇ ਤਲ ਹੀ ਮੈਂ ਇਸ ਗੱਲ ਨੂੰ ਸਮਝਾਂਗਾ ਵੀ ਸਿਸਟਮ ਬੇਰਲੀ ਐਕਸਿਸਟੈਂਟ ਵੀ ਸਗਾਈ ਕਦੀ ਨਹੀਂ ਇੱਥੇ ਹਨਾ ਸੋ ਦੇਖੋ ਜੋ ਕੁਝ ਇੱਥੇ ਸਾਡੇ ਹੋ ਰਿਹਾ ਇਥੇ ਤਾਂ ਇਹ ਆ ਵੀ ਉੱਤਰਕਾਟੂ ਮੈਂਚਣਾ ਇੱਕ ਵਾਰੀ ਕਿਤੇ ਐਮਰਜੈਂਸੀ ਤੋਂ ਬਾਅਦ 77 ਦੇ ਵਿੱਚ ਜਨਤਾ ਸਰਕਾਰ ਬਣੀ ਸੀ ਬਿਲਕੁਲ ਹੁਣ ਜਾਂਸੰਗ ਹੀ ਆ ਗਿਆ ਕਹਿ ਲੋ ਪਹਿਲਾਂ ਕਾਂਗਰਸ ਨੇ ਇੰਨਾ ਚਿਰ ਲੁੱਟ ਲਿਆ ਹੁਣ ਭਾਜਪਾ ਲੁੱਟ ਰਹੀ ਆ ਬਿਲਕੁਲ ਤੇ ਲੋਕਾਂ ਦੀ ਜਾਨ ਮਾਲ ਦੇਸ਼ ਦੀ ਤਰੱਕੀ ਦੇਸ਼ ਦੀ ਬਿਹਤਰੀ ਇਹ ਜਿਹੜਾ ਇੱਕ ਉਹਨਾਂ ਲਈ ਮੁੱਦੇ ਨਹੀਂ ਬਿਲਕੁਲ ਵਿਦਿਆ ਕੋਈ ਮੁੱਦਾ ਨਹੀਂ ਗਰੀਬੀ ਹਟਾਉਣੀ ਕੋ ਮੁੱਦਾ ਨਹੀਂ ਬੇਰਜ਼ਗਾਰੀ ਉਹਨਾਂ ਲਈ ਕੋ ਮੁੱਦਾ ਨਹੀਂ 5 ਸਾਲ ਰਾਜ ਭਾਗ ਤੇ ਕਾਬਜ ਹੋਵੋ ਤੇ ਆਪਣੀਆਂ ਤਜੋਰੀਆਂ 2 4 5 ਪੁਸ਼ਤਾਂ ਲਈ ਭਰੋ ਇਸ ਮਤਲਬ ਅਨਸਾਰ ਚੱਲਦੇ ਨੇ ਇਹਦੇ 'ਚ ਮੈਂ ਇੱਕ ਗੱਲ ਕਰਨੀ ਚਾਹੁੰਨਾ ਮੇਰਾ ਇੱਕ ਮਿੱਤਰ ਆ ਉਹ ਕਿਸੇ ਬਹੁਤ ਮਤਲਬ ਵੱਡੇ ਅਹੁਦੇ ਤੇ ਰਿਹਾ ਜੀ ਚੀਫ ਮਿਨਿਸਟਰ ਸੀਗੇ ਕੋਈ ਪੰਜਾਬ ਦੇ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਦੋ ਹੀ ਚੀਫ ਮਿਨਿਸਟਰ ਹੋਏ ਇਹਨਾਂ 'ਚੋਂ ਇੱਕ ਸੀਗੇ ਜੀ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਅਸੀਂ ਜਿਹੜੀ ਐਜੂਕੇਸ਼ਨ ਆ ਉਹਦੇ ਵਿੱਚ ਅਸੀਂ ਜਿਹੜੇ ਸਾਨੂੰ ਫੰਡਸ ਵਗੈਰਾ ਹੈਗੇ ਸਾਡੇ ਅਸੀਂ ਉਹ ਪੂਰੇ ਯੂਜ਼ ਕਿਉਂ ਨਹੀਂ ਕਰ ਰਹੇ ਤੱਕ ਉਹ ਚੀਫ ਮਿਨਿਸਟਰ ਸਾਹਿਬ ਕਹਿੰਦੇ ਕਹਿੰਦੇ ਕਾਕਾ ਚੁੱਪ ਕਰ ਇਹ ਲੋਕ ਪੜ ਗਏ ਤਾਂ ਸਾਨੂੰ ਵੋਟਾਂ ਕੌਣ ਦੇਊਗਾ ਇਹ ਤਾਂ ਅਸੀਂ ਗੱਲਾਂ ਕਰ ਰਹੇ ਆ ਅਸੀਂ ਕਿੱਥੋਂ ਆਸ ਕਰ ਸਕਦੇ ਆ ਵੀ ਇਹ ਮਤਲਬ ਸਾਡਾ ਜਿਹੜਾ ਸਿਸਟਮ ਆ ਉਹ ਸਹੀ ਹੋਊਗਾ ਜਾਂ ਸਾਨੂੰ ਉੱਪਰ ਆਉਣ ਦਾ ਮੌਕਾ ਮਿਲੂਗਾ ਦੇਖੋ ਜਦੋਂ ਤੇਜਪਾਲ ਜੀ ਹਾਕਮ ਨਹੀਂ ਚਾਹੁੰਦੇ ਭਈ ਜਨਤਾ ਨੂੰ ਅਕਲ ਆਵੇ ਜਨਤਾ ਪੜੇ ਲਿਖੇ ਰੋਸ਼ਨ ਦਿਮਾਗ ਹੋਵੇ ਜੇ ਰੋਸ਼ਨ ਦਿਮਾਗ ਹੋਊਗੀ ਤਾਂ ਫਿਰ ਇਹੋ ਜਿਹੇ ਲੋਕਾਂ ਨੂੰ ਗੱਦੀਆਂ ਨਹੀਂ ਸੌਂਦੀ ਜਨਤਾ ਹੈ ਨਾ ਜਿਵੇਂ ਪਿੱਛੇ ਭਾਜਪਾ ਦੇ ਇੱਕ ਐਮਐਲਏ ਨੇ ਕਿਹਾ ਸੀ ਵੀ ਕੇਰਲ ਦੇ ਲੋਕ ਪੜੇ ਲਿਕੇ ਆ ਇੱਥੇ ਭਾਜਪਾ ਕਿਉਂ ਨਹੀਂ ਆਉਂਦੀ ਇੱਥੇ ਕਿਉਂ ਨਹੀਂ ਜਿੱਤਦੇ ਐਮਐਲਏ ਸੀ ਉਹਨਾਂ ਦਾ ਉਹਨਾਂ ਦਾ ਆਪਣਾ ਐਮਐਲਏ ਸੀਗਾ ਸੋ ਇਹ ਤੇਜਪਾਲ ਜੀ ਹਾਕਮ ਕਦ ਚਾਉਣਗੇ ਭਈ ਲੋਕਾਂ ਨੂੰ ਅਖਲਾਵੇ ਹਾਕਮ ਤਾਂ ਆਪਾਂ ਨੂੰ ਗਧੇ ਬਣਾ ਕੇ ਰੱਖਣਾ ਚਾਹੁੰਦੇ ਆ ਵੀ ਜਿੰਨਾ ਮਰਜ਼ੀ ਭਾਰ ਲਾਦਦਾ ਜਿਵੇਂ ਉਹ ਗੱਲ ਸੁਣਾਉਂਦੇ ਹੁੰਦੇ ਭਈ ਕਿਤੇ ਉਹ ਨਾਕੇ ਤੇ ਭਈ ਛੱਤਰ ਵੀ ਖਾਓ ਤੇ ਗੰਡੇ ਵੀ ਖਾਓ ਗੰਡੇ ਵੀ ਖਾਓ ਤੇ ਉਹ ਵੀ ਭਰੋ ਉਹ ਕਹਿੰਦੇ ਲੋਕਾਂ ਨੇ ਮਤਲਬ ਭਾਰ ਚੱਲ ਲਿਆ ਰਾਜੇ ਨੂੰ ਰਿਪੋਰਟ ਕਰਦੇ ਆ ਸ਼ਾਮ ਨੂੰ ਉਹ ਕਹਿੰਦੇ ਇਹਨਾਂ ਨੂੰ ਇਹਨਾਂ ਤੇ ਹੋਰ ਟੈਕਸ ਲਾਓ ਇਹਨਾਂ ਦੇ ਗੰਡੇ ਵੀ ਵਧਾਓ ਤੇ ਛੱਤਰ ਵੀ ਵਧਾਓ ਜੀ ਸੋ ਇਹ ਤੇਜਪਾਲ ਜੀ ਇਹ ਸਮਾਂ ਲਿਖਣ ਦਾ ਪੜਨ ਦਾ ਜੁੜਨ ਦਾ ਤੇ ਇਹੋ ਜਿਹੀਆਂ ਸੱਤਾਧਾਰੀਆਂ ਨੂੰ ਗੱਡੀਆਂ ਤੋਂ ਲਾਂਬੇ ਕਰਨ ਦਾ ਬਿਲਕੁਲ ਟਾਈਮ ਮੈਗਜ਼ੀਨ ਸਾਰਿਆਂ ਨੂੰ ਪਤਾ ਵੀ ਟਾਈਮ ਮੈਗਜ਼ੀਨ ਕੀ ਆ ਦੁਨੀਆਂ ਦੀ ਬਿਹਤਰੀਨ ਸਾਲਿਆਂ ਚੋਂ ਉਹਦੇ ਫਰੰਟ ਪੇਜ ਤੇ ਜੀ ਭਾਰਤ ਦੇ ਬਲ ਦੇ ਸਿਵਿਆਂ ਦਾ ਜਿਹੜਾ ਪਿਕਚਰ ਆ ਜੋ ਉਹਦਾ ਉਹ ਦਿਖਾਈ ਗਈ ਐ ਕਿ ਤੇ ਉਹਦੇ ਵਿੱਚ ਜਿਹੜੇ ਲੇਖ ਵੀ ਹੈਗੇ ਇੱਕ ਦੋ ਹਾਓ ਮੋਦੀ ਫੇਲਡਸ ਤੇ ਇਹੋ ਜਿਹੇ ਲੇਖ ਵੀ ਉਹਦੇ ਵਿੱਚ ਐ ਕਿ ਛਪੇ ਆ ਅਸਲ ਦੇ ਵਿੱਚ ਜਿਹੜੇ ਹੋਰ ਵੀ ਰਿਪੋਰਟਸ ਆ ਰਹੀਆਂ ਉਹ ਸਾਰੀਆਂ ਇਹੀ ਕਹਿ ਰਹੀਆਂ ਬਿ ਜੋ ਅਸਲ ਮੌਤਾਂ ਦੀ ਗਿਣਤੀ ਹੈ ਉਹ ਨਹੀਂ ਇਹ ਦੱਸ ਰਹੀ ਕਿਉਂਕਿ ਦਿੱਲੀ ਦੇ ਵਿੱਚ ਇਸ ਵੇਲੇ ਟੈਂਪਰੇਰੀ ਸ਼ਮਸ਼ਾਨ ਜਿਹੜੇ ਆ ਬਹੁਤ ਜ਼ਿਆਦਾ ਬਣ ਰਹੇ ਆ ਇੱਦਾਂ ਯੂਪੀ ਚ ਸਾਰੀ ਮਤਲਬ ਭਾਰਤ ਦੇ ਅਲੱਗ-ਅਲੱਗ ਜਦੋਂ ਆਪਾਂ ਸਟੇਟਾਂ ਦੀ ਗੱਲ ਕਰਦੇ ਆ ਉੱਥੇ ਟੈਂਪਰੇਰੀ ਸ਼ਮਸ਼ਾਨ ਬਣਾਉਣ ਦੀ ਕੀ ਲੋੜ ਪੈ ਗਈ ਐ ਏਡੀ ਪੇ ਹੁਣ ਉਹ ਵੱਡੀ ਗਿਣਤੀ ਚ ਵਧ ਰਹੇ ਨੇ ਤੁਸੀਂ ਦੇਖੋ ਭਈ ਇੱਕ ਜਾਨਵਰਾਂ ਲਈ ਬਰੀਅਲ ਪਲੇਸ ਡੌਗਸ ਲਈ ਦਿੱਲੀ ਦੀ ਦਿੱਲੀ ਦੀ ਜੀ 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 ਉੱਥੇ ਹੁਣ ਜਾਨਵਰ ਤਾਂ ਜਿਹੜੇ ਆ ਉਹ ਨਹੀਂ ਦਫਨਾਏ ਜਾਣਗੇ ਉਹ ਪਰਸੋਂ ਚੌਥ ਤੋਂ ਲਾਸ਼ਾਂ ਦਫਨਾਉਣ ਦੇ ਕੰਮ ਆ ਰਹੀ ਆ ਸੋ ਇਹ ਸਥਿਤੀ ਹੈਗੀ ਆ ਸਵਿਆਂ ਦੇ ਵਿੱਚ ਸ਼ਮਸ਼ਾਨ ਘਾਟਾਂ ਦੇ ਵਿੱਚ ਤੇ ਇਸੇ ਤਰ੍ਹਾਂ ਜਿਹੜੇ ਬਰੀਅਲ ਪਲੇਸਿਸ ਨੇ ਜਿੱਥੇ 크ਰਿਸਚੀਅਨਸ ਜਾਂ ਮੁਸਲਮਾਨ ਹੁੰਦੇ ਆ ਉੱਥੇ ਤਾਂ ਹੀ ਨਹੀਂ ਬਚੀ ਹੈਗੀ ਇੱਕ ਤਰ੍ਹਾਂ ਨਾਲ ਜਿਹੜਾ ਆ ਸਾਰਾ ਦੇਸ਼ ਦਾ ਸਿਸਟਮ ਚਰਮੜਾ ਗਿਆ ਹੈਗਾ ਹਸਪਤਾਲਾਂ ਚ ਬੈੱਡ ਨਹੀਂ ਆਕਸੀਜਨ ਦੀ ਕਮੀ ਆ ਦਵਾਈਆਂ ਮਿਲਦੀਆਂ ਨਹੀਂ ਵੈਕਸੀਨੇਸ਼ਨ ਦੀ ਵੀ ਘਾਟ ਹੋ ਗਈ ਆ ਉਹਦੀ ਵੀ ਕਾਲਾ ਬਜਾਰੀ ਚੋਰ ਬਜਾਰੀ ਚੱਲ ਰਹੀ ਹੈ ਇਸ ਵੇਲੇ ਸੋ ਜਿੱਦਾਂ ਮੈਂ ਕਹਿੰਦਾ ਹੁੰਦਾ ਪਈ ਦੇਸ਼ ਦਾ ਰੱਬ ਹੀ ਰੱਖਾ ਹੈ ਇਸ ਵੇਲੇ ਬਿਲਕੁਲ ਅੱਛਾ ਇਹਦੇ ਚ ਜਿੱਦਾਂ ਹੁਣ ਇੱਥੇ ਹੁਣ ਆਕਸੀਜਨ ਦੀ ਕਮੀ ਆ ਜੀ ਕੈਸਲ ਦੇ ਗੁਰਦੁਆਰਿਆਂ ਨੇ ਲੰਗਰ ਲਾਏ ਹੋਏ ਆ ਤੇ ਲੋਕੀ ਕਹੀ ਨਾ ਪੋਸਟਾਂ ਆਪਾਂ ਜਦੋਂ ਪੜ੍ਹਦੇ ਆ ਉਹਦੇ ਵਿੱਚ ਇਹ ਵੀ ਲਿਖਦੇ ਆ ਕਹਿੰਦੇ 1984 ਚ ਜਿਹੜੇ ਲੋਕ ਗੁਰਦੁਆਰੇ ਇਸ ਕਰਕੇ ਲੱਭਦੇ ਸੀ ਕੋਈ ਗੁਰਦੁਆਰਾ ਮਿਲ ਜਾਏ ਕੋਈ ਸਿੱਖ ਮਿਲ ਜਾਏ ਸੀ ਇਹਨਾਂ ਨੂੰ ਸਾੜਨਾ ਆ ਉਹੀ ਲੋਕ ਹੁਣ ਗੁਰਦੁਆਰਾ ਇਸ ਕਰਕੇ ਲੱਭ ਰਹੇ ਆ ਵੀ ਸਾਨੂੰ ਉੱਥੇ ਆਕਸੀਜਨ ਮਿਲ ਜਾਵੇ ਗਾਜ਼ੀਆਬਾਦ ਦਾ ਗੁਰਦੁਆਰਾ ਜੀ ਦਿੱਲੀ ਦਾ ਇੱਕ ਹਿੱਸਾ ਕਹਿ ਲੋ ਅੱਜਕੱਲ੍ਹ ਹੈ ਤਾਂ ਯੂਪੀ ਚ ਪਰ ਦਿੱਲੀ ਤੇ ਮੁੱਢ ਪੈਂਦਾ ਗਾਜ਼ੀਆਬਾਦ ਦੇ ਗੁਰਦੁਆਰੇ ਦੀਆਂ ਤਸਵੀਰਾਂ ਅੱਜ ਰਾਈਟਰ ਵਾਲਿਆਂ ਨੇ ਛਾਪੀਆਂ ਐਸੋਸੀਏਟਿਡ ਪ੍ਰੈਸ ਨੇ ਛਾਪੀਆਂ ਤੇ ਇਹਦਾ ਪ੍ਰਚਾਰ ਨਹੀਂ ਕਰਨਗੇ ਉਹ ਕਿਤੇ ਨਾ ਕਿਤੇ ਮੀਡੀਆ ਤਾਂ ਮਾੜੀ-ਮੋਟੀ ਗੱਲ ਕਰੂਗਾ ਦੂਸਰਾ ਤੁਸੀਂ ਕਹਿੰਦੇ ਸੀ ਭਈ ਤੱਥ ਪਾਈ ਜਾ ਰਹੇ ਆ ਬਿਲਕੁਲ ਆ ਪਾਸ ਕਰ ਵੀ ਸਰਕਾਰ ਦੀ ਡੌਂਡੀ ਪਿੱਟਣ ਵਾਲੀ ਅਖਬਾਰ ਆ ਕੋਈ ਠੀਕ ਹੈ ਉਹ ਪਰਸੋਂ ਚੌਥ ਲਿਖਦੀ ਆ ਆਪਣੇ ਫਰੰਟ ਪੇਜ ਤੇ ਭਈ ਜਿੰਨੀਆਂ ਮੋਤਾਂ ਹੋ ਰਹੀਆਂ ਉਹ ਘਟ ਦੱਸੀਆਂ ਜਾ ਰਹੀਆਂ ਅਸਲ ਚ ਇਹ ਤੋਂ ਪੰਜ ਗੁਣਾ ਵੱਧ ਮੋਤਾਂ ਹੋ ਰਹੀਆਂ ਤੇ ਕੇਂਦਰ ਸਰਕਾਰ ਸੂਬਿਆਂ ਤੇ ਦਬਾਅ ਪਾ ਰਹੀ ਆ ਵੀ ਤੁਸੀਂ ਜਿਹੜੇ ਅਸਲ ਤੱਥ ਘਟਾ ਕੇ ਪੇਸ਼ ਕਰੋ ਸੋ ਜਦੋਂ ਸਰਕਾਰਾਂ ਬੇਈਮਾਨ ਹੋ ਜਾਣ ਬਿਲਕੁਲ ਤਾਂ ਫੇਰ ਲੋਕਾਂ ਦਾ ਰੱਬ ਹੀ ਰੱਖਾ ਹੁੰਦਾ ਹੈਗਾ ਤੇ ਜਾਂ ਪੜੋ ਜੁੜੋ ਤੇ ਇਹੋ ਜੀਆਂ ਸਰਕਾਰਾਂ ਨੂੰ ਲੰਬੇ ਕਰੋ ਜੀ ਇੱਕ ਪਾਸੇ ਤਾਂ ਲੋਕੀ ਆਕਸੀਜਨ ਲਈ ਹਸਪੀਟਲ ਬੈਡ ਲਈ ਮਤਲਬ ਦੌੜ ਲਾਈ ਹੋਈ ਆ ਬਾਹਰ ਸੜਕਾਂ ਤੇ ਪਏ ਲੋਕੀ ਹੀ ਮਰ ਰਹੇ ਆ ਦੂਜੇ ਪਾਸੇ ਸੰਯੁਕਤ ਰਾਸ਼ਟਰ ਨੇ ਆਫਰ ਕੀਤੀ ਮਦਦ ਦੀ ਜੀ ਤੇ ਭਾਰਤ ਸਰਕਾਰ ਨੇ ਉਹਨੂੰ ਨਾ ਕਰ ਦਿੱਤੀ ਕਿ ਸਾਡੇ ਕੋਲ ਤੇ ਬਹੁਤ ਕੁਸ਼ ਹੈ ਇਹ ਹੰਕਾਰ ਹੈ ਇਹਦਾ ਦੇਖੋ ਹੁਣ ਜੇ ਅਮਰੀਕਾ ਨੇ ਵੀ ਕੀਤੀ ਆ ਉਹਦੇ ਬਾਰੇ ਵੀ ਅੱਜ ਜਿਹੜੀਆਂ RSS ਤੇ ਭਾਜਪਾ ਦੀਆਂ ਤੁੱਟੂ ਅਖਬਾਰਾਂ ਆ ਉਹਨਾਂ ਨੇ ਇਦਾਂ ਦੇ ਜਾਨੀ ਕਿ ਮਿਡਲ ਪੇजेस ਤੇ ਸੰਪਾਦਕੀ ਸਫਿਆਂ ਤੇ ਲੇਖ ਲਵਾਏ ਆ ਵੀ ਅਮਰੀਕਾ ਦੀ ਜਿਹੜੀ ਮਦਦ ਦਾ ਕੋਈ ਬਹੁਤਾ ਅਰਥ ਨਹੀਂ ਰੱਖਦੀ ਹੈਗੀ ਠੀਕ ਆ ਵੀ ਜੇ ਕੀਤੀ ਆ ਤਾਂ ਲੇਟ ਕੀਤੀ ਪਹਿਲਾਂ ਜੀ ਕੱਚਾ ਮਾਲ ਜਿਹੜਾ ਵੈਕਸੀਨੇਸ਼ਨ ਲਈ ਉਤੋਂ ਨਾ ਨੁਕਰ ਕਰਦੇ ਰਹੇ ਆ ਹੁਣ ਜਿਹੜਾ ਆਕਸੀਜਨ ਪਲਾਂਟ ਲੱਗਣ ਲਈ ਇਦਾਂ ਉਦਾਂ ਵੀ ਲੇਟ ਕਰ ਰਹੇ ਆ ਦੂਸਰਾ ਇਹ ਆ ਵੀ ਜਿਹੜੀ ਇਹ ਮਦਦ ਤੋਂ ਇਨਕਾਰ ਕਰਨਾ ਜਾਂ ਇਹੋ ਜੀ ਬੋਲੀ ਬੋਲਣੀ ਇਹ ਹੰਕਾਰ ਹੀਦਰ ਦਰਸਉਂਦੀ ਆ ਸਾਡੇ ਹਾਕਮਾਂ ਦਾ ਹੋਰ ਤਾਂ ਕੁਛ ਨਹੀਂ ਦੂਸਰੀ ਗੱਲ ਇਹ ਪਈ ਇਸ ਵੇਲੇ ਸਰਕਾਰ ਕੱਲ ਪਰਸੋਂ ਦੀ ਇਹ ਜੋਰ ਲਾ ਰਹੀ ਆ ਪੂਰਾ ਕਿ ਐਗਜ਼ਿਟ ਬੋਲ ਦੇ ਵਿੱਚ ਭਾਜਪਾ ਨੂੰ ਜੇਤੂ ਦਰਸਾਂ ਉਹ ਤੇ ਦੁਲਿਆ ਹੈਗਾ ਸਾਰ ਇੱਕ ਸਾਰਾ ਜਿਹੜਾ ਮੀਡੀਆ ਤੰਤਰ ਹੈਗਾ ਗੋਦੀ ਮੀਡੀਆ ਸਮੇਤ ਨਾ ਸੋ ਕਿਤੇ ਕਿਤੇ ਟਾਮਿਆਂ ਟਾਮਿਆਂ ਨੇ ਲਿਖਿਆ ਵੀ ਜਦੋਂ ਹੁਣ ਬੰਗਾਲ ਦੀ ਗੱਲ ਕਰ ਲੋ ਵੀ ਤਰਨਮੂਲ ਕਾਂਗਰਸ ਚੱਤ ਰਹੀ ਆ ਬਹੁਤੇ ਉੱਥੇ ਅਜੇ ਵੀ ਭਾਜਪਾ ਨੂੰ ਜਿਤਾ ਰਹੇ ਆ ਕੇਰਲਾ ਚ ਮਤਲਬ ਭਾਜਪਾ ਜਿਤਾ ਰਹੇ ਆ ਅਸਾਮ ਚ ਭਾਜਪਾ ਜਿਤਾ ਰਹੇ ਸੋ ਮੀਡੀਆ ਨੂੰ ਜਿਹੜਾ ਰੋਲ ਬਣਦਾ ਨਿਭਾਉਣਾ ਚਾਹੀਦਾ ਉਹ ਨਿਭਾਇਆ ਨਹੀਂ ਜਾ ਰਿਹਾ ਤੇਜਪਾਲ ਜੀ ਜੀ ਤੇ ਮੀਡੀਆ ਜਿਹੜਾ ਮੀਡੀਆ ਆ ਨਾ ਉਹਨੂੰ ਸਰਕਾਰਾਂ ਦਾ ਮਾਊਥ ਪੀਸ ਨਹੀਂ ਹੋਣਾ ਚਾਹੀਦਾ ਮੀਡੀਆ ਨੂੰ ਅਸਲੀਅਤ ਲੋਕਾਂ ਦੇ ਸਾਹਮਣੇ ਰੱਖਣੀ ਚਾਹੀਦੀ ਹੈ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ ਸਤੀ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ